ਸਤਿ ਸ਼੍ਰੀ ਅਕਾਲ ਇੱਕ ਵਾਰੀ ਫੇਰ ਸਵਾਗਤ ਹੈ ਪੰਜਾਬਾ 247 ਤੇ ਤੇ ਇੱਕ ਵਾਰੀ ਆਪਾਂ ਫੇਰ ਉਸ ਮੰਚ ਤੇ ਸਵਾਗਤ ਕਰਦੇ ਆਂ ਜਿੱਥੋਂ ਦੀ ਆਪਾਂ ਨੇ ਸ਼ੁਰੂ ਕੀਤਾ ਸੀ 16 ਅਗਸਤ 2021 ਤੋਂ ਸ਼ੁਰੂ ਕੀਤਾ ਸੀ ਰਾਈਟ ਤੇ ਆਪਾਂ ਗੱਲ ਕਰੀਏ ਤੇ ਅੱਜ ਦਾ ਸੈਸ਼ਨ ਇੱਕ ਬੇਮਿਸਾਲ ਸੈਸ਼ਨ ਬਣ ਜਾਏਗਾ ਬਿਲਕੁਲ ਅਨਡਾਊਟਫੁਲੀ ਕੋਈ ਸ਼ੱਕ ਨਹੀਂ ਹੋएगा ਕਿਉਂਕਿ ਆਪਾਂ ਇੱਕ ਵਾਰੀ ਫੇਰ ਨਾਲ ਜੁੜ ਚੁੱਕੇ ਆਂ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਕ ਵਾਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਾਫੀ ਦਿਨਾਂ ਤੋਂ ਜਿਹੜੀ ਕਿ ਆ ਸੈਸ਼ਨਸ ਦੀ ਜਿਹੜੀ ਇਸ਼ੂ ਆ ਰਿਆ ਸੀਗਾ ਮੈਂ ਦੱਸਿਆ ਵੀ ਸੀ कि आई वाज हैविंग सम हेल्थ इश्यूज सो दैट्स व्हाई आई वाजंट एबल टू टेक लेक्चर्स ठीक है कोशिश की थी बट कुछ टेक्निकल ग्लिचेस आ गए थे बीच चलो बाद दीया गल्ला ने ठीक है जी लो जी हिमांशु आ गए होन आपा भी है ना चलो जी ठीक है जी तो एक बार फिर आपा मैं भी थोनू बहुत मिस किता ठीक है इट्स वाज रियली हार्ड टू बी नो स्टे अवे फ्रॉम द ਯੂ ਗਾਇਸ ਠੀਕ ਹੈ ਬਟ ਮੈਂ ਇਹ ਦਿਲੋਂ ਗੱਲ ਬੋਲ ਰਿਹਾ ਜੀ ਇਹ ਦਿਲੋਂ ਗੱਲ ਬੋਲ ਰਿਹਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੁਣ ਇੱਕ ਵਾਰੀ ਸੈਸ਼ਨ ਨੂੰ ਕੀ ਕਰ ਲਓ ਸ਼ੇਅਰ ਕਰ ਲਿਓ ਅੱਜ ਅੱਜ ਸਾਰੇ ਮੈਂ ਕਮੈਂਟ ਦੇਖੇ ਹੋਏ ਹੈ ਕਸ਼ੇਪ ਸਾਹਿਬ ਠੀਕ ਹੈ ਕਮੈਂਟਸ ਆਪਾਂ ਦੇਖ ਹੀ ਲਏ ਤੇ ਸਾਰਿਆਂ ਤੇ ਏਡੀ ਕੋਈ ਗੱਲ ਨਹੀਂ ਹੁੰਦੀ ਹੈਗੀ ਹੈਨਾ ਕਰਨ ਕੀ ਕਹਿੰਦਾ ਮੱਛਾਂ ਵਾਲੇ ਸਰ ਘੈਂਟ ਹੈ ਨਾ ਮੱਛਣ ਦਾ ਇੱਕੋ ਹੀ ਹੈ ਫਿਰ ਇੱਥੇ ਘੈਂਟ ਨਹੀਂ ਤਵੇ ਠੀਕ ਨਹੀਂ ਸੀਗੀ ਠੀਕ ਹੈ ਚਲੋ ਜੀ ਠੀਕ ਹੈ ਐਂਡ ਆਈ ਰੀਲੀ ਫੀਲ ਸੌਰੀ ਕਿ ਉਹ ਜਿਹੜੇ ਐਨੇ ਦਿਨ ਬੀਤ ਗਏ ਹੋ ਗਿਆ ਪਰ ਸੇ ਤੇ ਕਿਸੇ ਦਾ ਵੀ ਜ਼ੋਰ ਨਹੀਂ ਹੈਗਾ ਨਾ ਇਸ ਕਰਕੇ ਚਲੋ ਜੀ ਵਧਦੇ ਹਾਂ ਆਪਣੇ ਸੈਸ਼ਨ ਦੇ ਵੱਲ ਐਸ ਯੂ ਗਾਇਜ਼ ਅਵੇਅਰ ਮੇਰੇ ਜਿਹੜੇ ਇੱਕ ਗੱਲ ਵਿੱਚੋਂ ਮੈਂ ਤਾਂ ਲਈ ਕਈ ਗੱਲਾਂ ਕਹਿਣਾ ਠੀਕ ਹੈ ਉਹਨਾਂ ਵਿੱਚ ਜਿਹੜੀ ਇੱਕ ਗੱਲ ਹੈ ਅੱਗੇ ਵੀ ਹੋਰ ਕਵਾਂਗੇ ਉਹਨਾਂ ਵਿੱਚ ਇੱਕ ਗੱਲ ਜਿਹੜੀ ਹੈ ਉਹ ਇਹ ਕੰਮ ਤੁਸੀਂ ਕਰ ਲੈਣਾ ਠੀਕ ਹੈ ਰੰਗ ਸੋਨਾ ਹੀ ਲੈਣੇ ਆ ਕੋਈ ਅ ਹਰਾ ਠੀਕ ਹੈ adda 2470 app जरूर डाउनलोड कर लेना प्लस पंजाब अड्डा 247 ਦਾ ਜਿਹੜਾ Telegram ਚੈਨਲ ਹੈ ਉਸ ਨੂੰ ਜ਼ਰੂਰ ਜੁਆਇਨ ਕਰ ਲਿਓ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜਸਪੀਤ ਲਾਲ ਸਾਹਿਬ ਸਤਿ ਸ਼੍ਰੀ ਅਕਾਲ ਜੈ ਹਿੰਦ ਮੇਰਾ ਭਰਾ ਠੀਕ ਹੈ ਜੀ ਹੁਣ ਹੁਣ ਆਏਗਾ ਸਵਾਦ ਹੈ ਨਾ ਚਲੋ ਜੀ ਬਿਲਕੁਲ ਹੁਣ ਦੱਸ ਦਿਓ ਆਪਣੇ ਮਿੱਤਰ ਸਾਜਣਾ ਜਿਹੜੀ ਇੰਨੀ ਦਿਨਾਂ ਦੇ ਕਲਾਸ ਹੋ ਰਹੀ ਸੀ ਹੈ ਨਾ ਹੁਣ ਆਏਗਾ ਇੱਕ ਵਾਰੀ ਹੈ ਨਾ ਅਗਲੀ ਗੱਲ ਕਰੀਏ ਜੀ ਅਗਲੀ ਗੱਲ ਕੀ ਹੈ ਪੀਪੀਐਸਸੀ ਦੀ ਮਿਹਰਬਾਨੀਆਂ ਤੇਰੀ ਮਿਹਰਬਾਨੀਆਂ ਪੀਪੀਐਸਸੀ ਦੀ ਮਿਹਰਬਾਨੀਆਂ ਕਰਕੇ ਜਿਹੜਾ ਪੇਪਰ ਹੋਣਾ ਸੀਗਾ ਉਹ ਹੋਗੇ ਕੈਨਸਲ ਕਿਹੜੇ ਮਹੀਨੇ ਤੱਕ ਮਈ ਮਹੀਨੇ ਤੱਕ ਹੁਣ ਨਵੀਂ ਸਰਕਾਰ ਆएगी ਦੇਖੋ ਕਿ ਨਵਾਂ ਚਾਂਚੜਾਉਂਦੇ ਨੇ ਸਾਰੇ ਮਿਲ ਕੇ ਅੱਜ ਤਰੀਕ ਹੋ ਗਈ ਆਪਣੀ 5 ਤੇ ਅੱਜ ਤੋਂ ਠੀਕ 5ਵੇਂ ਦਿਨ ਇਸ ਵੇਲੇ ਤੱਕ ਰਿਜ਼ਲਟ ਆ ਜਾਣਾ ਹੈ ਕਿ ਕੀ ਹੋਣਾ ਕੀ ਨਹੀਂ ਹੋਣਾ ਠੀਕ ਹੈ ਤੇ ਪੀਪੀਐਸਸੀ ਦੀ ਮਿਹਰਬਾਨੀਆਂ ਦੇ ਨਾਲ ਜੇ ਆਪਾਂ ਗੱਲ ਕਰੀਏ ਤੇ ਇੱਕ ਮਿਹਰਬਾਨੀ ਆ ਆਪਾਂ ਵੀ ਕਰਦੇ ਆ ਮਿਹਰਬਾਨੀ ਨਹੀਂ ਇਹ ਤੁਹਾਡੇ ਵਾਸਤੇ ਹੀ ਆ ਜਿਹੜੇ ਪੀਪੀਐਸਸੀ ਨਾਪ ਤਹਿਸੀਲਦਾਰ ਦੀ ਜੇ ਆਪਾਂ ਗੱਲ ਕਰੀਏ ਉਹਦੀ ਸਿਲੈਕਸ਼ਨ ਕਿਟ ਜਿਹੜੀ ਕੀ ਹੋ ਰਹੀ ਸੀ ਨਹੀਂ ਸਰ ਰੈੱਡ ਚਾਹੀਦਾ ਕਸ਼ਪ ਸਾਹਿਬ ਲੈ ਮੇਰਾ ਭਰਾ ਗੁੱਸਾ ਨਹੀਂ ਹੋਣਾ ਹੈਗਾ ਲੈ ਬਈ ਰੈੱਡ ਠੀਕ ਹੈ ਸਿਲੈਕਸ਼ਨ ਕਿਟ ਦੇ ਵਿੱਚ ਜਿਸ ਵਿੱਚ ਰਿਕਾਰਡਡ ਕਲਾਸਿਸ ਪਲੱਸ ਲਾਈਵ ਐਂਡ ਟੈਸਟ ਸੀਰੀਜ਼ ਦੇਖੋ ਟੈਸਟ ਸੀਰੀਜ਼ ਦੇਣੀ ਪੈਣੀ ਆ ਜੀ ਠੀਕ ਹੈ ਠੀਕ ਹੈ ਟੈਸਟ ਸੀਰੀਜ਼ ਲਗਾਨੀ ਪੈਣੀ ਹੈ ਤੁਹਾਨੂੰ ਟੈਸਟ ਦੇਣੇ ਪੈਣੇ ਹਨ ਉਹਦਾ ਰੀਜ਼ਨ ਆ ਮੇਰੇ ਵਰਾ ਪਿੱਛੇ ਤੁਹਾਨੂੰ ਯਾਦ ਹੋਵੇਗਾ 28 ਨਹੀਂ 25 ਦਸੰਬਰ 25 ਜਨਵਰੀ ਨੂੰ ਪੀਪੀਐਸਸੀ ਨੇ ਇੱਕ ਆਫੀਸ਼ੀਅਲ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਟੈਂਡਰ ਜਾਰੀ ਕੀਤਾ ਸੀ 85000 OMR ਸ਼ੀਟ ਦਾ ਡੇਟ ਵਾਸ ਨੋ ਪੁਲ ਬੈਕ ਜੇ ਆਪਾਂ ਗੱਲ ਕਰੀਏ 3 ਦਿਨ ਬਾਅਦ ਹੀ ਪੁਲ ਬੈਕ ਕਰ ਲਿਆ ਸੀ ਮੈਨੂੰ ਆਸਾਰ ਤਾਂ ਉਦੋਂ ਹੀ ਲੱਗੇ ਸੀਗੇ ਪਰ ਨਾ ਕੁਝ ਹੋ ਰਹੀ ਕਰਤਾ ਦੀ ਠੀਕ ਹੈ ਤਾਂ ਟੈਸਟ ਸੀਰੀਜ਼ ਮੋਸਟ ਪ੍ਰੋਬੇਬਲੀ ਜੇ ਆਪਾਂ ਗੱਲ ਕਰੀਏ ਟੈਸਟ ਸੀਰੀਜ਼ ਜੁੜੀ ਹੈ ਇਸ ਕਰਕੇ ਕਹਨੇ ਆ ਕਿਉਂਕਿ ਟੈਸਟ ਆਨਲਾਈਨ ਹੋਣ ਦੀ ਹੁਣ ਸੰਭਾਵਨਾ ਪੂਰੀ ਬਣ ਚੁੱਕੀ ਹੈ ਠੀਕ ਹੈ ਤੇ ਟੈਸਟ ਸੀਰੀਜ਼ ਨਾਲ ਹੀ ਹੂ ਦਾ ਹੁਣ ਹੱਲ ਨਿਕਲ ਸਕਦਾ ਹੈ ਜਾਂ ਫਿਰ ਜਿਨਾਂ ਨੇ ਅੱਗੇ ਚੱਲ ਕੇ ਬਾਕੀ ਪੇਪਰਾਂ ਦੀ ਪਿਆਰੀ ਕਰਨੀ ਹੈ ਕਿਉਂਕਿ ਪਾਈਪਲਾਈਨ ਚ ਬਹੁਤ ਸਾਰੇ ਪੇਪਰ ਪਏ ਹੋਏ ਨੇ ਆਪਣੇ ਕੋਲ ਠੀਕ ਹੈ ਤਾਂ ਆਹ ਵਾਲਾ 올 ਇਨ ਵਨ ਪੈਕ ਲੈ ਲਿਓ ਲੈਣਾ ਕਿਵੇਂ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿਵੇਂ ਲੈਣਾ ਇੱਕ ਵਾਰੀ ਕੋਡ ਕਿਹੜਾ ਲੈਣਾ ਜੀ 2213 ਜੀ ਠੀਕ ਹੈ ਚਲੋ ਜੀ ਚਲੋ ਆ ਰਿਹਾ ਜੀ ਮਿੱਤਰੋ ਆਪਣਾ ਪਹਿਲਾ ਕੁਐਸਚਨ ਅੱਜ ਦਾ ਕੀ ਕਹਿੰਦਾ ਹੈ which one of the following was made famous by bankim chandra chatrji is his noble in his no, noble anand math jehda gal kariye bankim chandra chatrji ne apni book jehdi likhi si anand math us de vich kis da zikr kita sega si aa gal dassni hai ji aa gal dassni hai bhil uprising rangpur and dinapur uprising ya fir bishnpur veer bhum rebellion ya fir sanyasi rebellion kis de bare kitthi si aa gal dass do ji नहीं बंद तो भी नहीं होंगी है मेरा भरा क्लास बंद कदे नहीं होंगी है ठीक है नहीं मेरी तबीयत ठीक नहीं सी इस करके चलो ये सन्यासी रिवोल्ट की आप गल सन्यासी रिवोल्ट दी गल करिए ਇਦੇ ਬਾਰੇ ਜ਼ਿਕਰ ਕੀਤਾ ਜਾਂਦਾ ਹੈ ਬੰਗਾਲ ਦੀ ਇਹ ਮੂਵਮੈਂਟ ਹੁੰਦੀ ਹੈ ਬੇਸਿਕਲੀ ਆਨੰਦ ਮਠ ਸੰ 1882 ਦੇ ਵਿੱਚ ਇਹ ਲਿਖੀ ਜਾਂਦੀ ਹੈ ਆਭੀ ਗੱਲ ਯਾਦ ਰੱਖਿਓ ਪਲੱਸ ਇੱਕ ਨੀਲ ਦਰਪਣ ਬੁੱਕ ਹੁੰਦੀ ਹੈ ਇੱਕ ਬੁੱਕ ਹੁੰਦੀ ਹੈ ਨੀਲ ਦਰਪਣ ਬੁੱਕ ਹੁੰਦੀ ਹੈ ਨੀਲ ਦਰਪਣ ਦੇ ਵਿੱਚ ਜੇ ਗੱਲ ਕਰੀਏ ਸੰਥਲ ਦਾ ਜ਼ਿਕਰ ਇੰਡੀਗੋ ਮੂਵਮੈਂਟ ਦੀ ਹੁੰਦੀ ਹੈ ਇੰਡੀਗੋ ਕਲਟੀਵੇਸ਼ਨ ਦੀ ਮੂਵਮੈਂਟ ਹੁੰਦੀ ਹੈ ਉਦੇ ਬਾਰੇ ਜ਼ਿਕਰ ਦੇਖਣ ਨੂੰ ਮਿਲਦਾ ਹੈ ਆ ਗੱਲ ਯਾਦ ਰੱਖਣਾ ਜੀ ਦੀਨ ਬੰਧੂ ਮਿੱਤਰ ਇਹਦਾ ਰਾਈਟਰ ਹੁੰਦੇ ਦੀਨ ਬੰਧੂ ਮਿੱਤਰ ਮਿਤਰਾ ਇਹਦੇ ਰਾਈਟਰ ਹੋਣਗੇ ਅਨਸਰ ਜਿਹਨਾਂ ਦਾ ਆ ਲਿਖਿਆ ਹੋਇਆ ਬਿਲਕੁਲ ਠੀਕ ਹੈ 1860 ਦੀ ਇਹ ਹੈ ਬਿਲਕੁਲ ਠੀਕ ਹੈ ਮੇਰਾ ਭਰਾ ਇਹ ਜਿਹੜੀ ਬੁੱਕ ਹੈ ਬੈਂਕਮ ਚਟੜਜੀ ਦੀ 1882 ইয়ার ਦੇ ਨਾਲ ਵੀ ਪੁੱਛਿਆ ਜਾਂਦੇ ਹੈ ਕੁਐਸਚਨਸ ਆ ਵੀ ਯਾਦ ਰੱਖਣੀ ਹੈ ਸਾਰਿਆਂ ਨੇ ਠੀਕ ਹੈ ਚਲੋ ਜੀ ਅਗਲਾ ਕੁਐਸਚਨ ਦੇਖੀਏ ਆਪਾਂ ਹੁਣ ਚਲੋ ਅਗਲਾ ਕੁਐਸਚਨ ਕੀ ਕਹਿੰਦਾ ਹੈ ਦੇਖੋ ਇੱਕ ਵਾਰੀ ਵਿਚ ਆਫ ਦਾ ਫੋਲੋਇੰਗ ਵਰ ਦਾ ਟੂ ਨਿਊਜ਼ਪੇਪਰਸ ਪਬਲਿਸ਼ਡ ਬਾਈ ਐਨੀ ਬੈਸੈਂਟ ਐਨੀ ਬੈਸੈਂਟ ਦੇ ਦੁਆਰੇ ਐਨੀ ਬੈਸੈਂਟ ਦੇ ਦੁਆਰੇ ਜੇ ਆਪਾਂ ਗੱਲ ਕਰੀਏ ਕਿਹੜੇ ਦੋ ਨਿਊਜ਼ਪੇਪਰ ਜਿਹੜੇ ਸੀ ਇਹ ਚਲਾਏ ਗਏ ਸੀਗੇ ਆ ਦੱਸ ਦਿਓ ਇੱਕ ਵਾਰੀ ਹੁਣ ਇੱਕ ਵਾਰੀ ਨਾ ਇੰਟਰਨੈਸ਼ਨਲ ਪੱਧਰ ਵਾਲਾ ਜਿਹੜਾ ਹੈਗਾ ਨਾ ਸ਼ੇਅਰ ਕਰ ਲਓ ਇੱਕ ਵਾਰੀ ਸਾਰੇ ਇੰਟਰਨੈਸ਼ਨਲ ਪੱਧਰ ਤੇ ਜਿਹੜੀ ਗੱਲ ਸ਼ੇਅਰਿੰਗ ਦੀ ਗੱਲ ਹੁੰਦੀ ਨਾ ਉਹ ਕਰੋ ਇੱਕ ਵਾਰੀ ਮਾੜਾ ਜਿਹਾ ਹੈ ਨਾ ਤਾਂ ਕਰਕੇ ਸਵਾਗਤ ਨਹੀਂ ਕਰਾਂਗੇ ਆਪ ਹਮਾਰਾ ਠੀਕ ਹੈ ਓਹ ਵਾਲੀ ਫੀਲਿੰਗ ਲਿਆਓ ਥੋੜੀ ਜੀ ਚਲੋ ਬਈ ਕਮਨ ਵੀਲ ਨਿਊ ਇੰਡੀਆ ਨਿਊ ਹਿੰਦੂ ਦਾ ਆਰੈਂਸ ਦੱਸੋ ਵੀ ਕਿਹੜਾ ਹੋਏਗਾ दसो तो सभी आ गया ए आंसर आ गया दैट इज़ वन एंड टू ए आंसर किन्ने का आया जी मेरा भी नहीं चल रहा तो नहीं हो सकता है यार कि ना चले ये नहीं हो सकता मित्रों बाकी जो मर्जी कह लो चलो जी जब आप गल करिए हाँ कश्यप होगी वाली जी आप गल करिए एनी आंटी ਐਨੀ ਆਂਟੀ ਦੇ ਬਾਰੇ ਇੱਕ ਵਾਰ ਥੀ ਆਪਾਂ ਪੂਰੀ ਕਹਾਣੀ ਜਿਹੜੀ ਹੈ ਇਹ ਆਪਾਂ ਘੜ ਦੇਣੀ ਹੈ ਐਨੀ ਆਂਟੀ ਦੇ ਬਾਰੇ ਇੱਕ ਵਾਰ ਦੀ ਪੂਰੀ ਕਹਾਣੀ ਘੜ ਦੇਣੀ ਹੈ ਕਾਮਨ ਵੀਲ ਨਿਊ ਇੰਡੀਆ ਹਾਂਜੀ ਬਿਲਕੁਲ 16 ਨੇ ਗੱਲ ਸਹੀ ਹੈ ਠੀਕ ਹੈ 1907 ਦੇ ਵਿੱਚ ਇਹ ਕੀ ਕਰਦੀ ਹੈ ਜੀ ਆਫਟਰ ਦਾ ਡਿਮਾਈਸ ਆਫ ਡੈਥ ਹੋ ਜਾਂਦੀ ਹੈ ਕਿਸ ਚੀਜ਼ ਦੀ ਜਿਹੜਾ ਕਰਨਲ ਹੁੰਦਾ ਕਰਨਲ 올ਕੋਟ ਦੀ ਡੈਥ ਹੋਣ ਤੋਂ ਬਾਅਦ 1907 ਦੇ ਵਿੱਚ ਇਹ ਕੀ ਬਣਦੀ ਹੈ ਜੀ ਰੀਵਾਈਵ ਕਰਦੀ ਆਪਨੇ ਕਿਨੂੰ थियोਸੋਫੀਕਲ ਮੂਵਮੈਂਟ ਨੂੰ ਰਿਵਾਈਵ ਕਰਦੀ ਆ ਭਾਰਤ ਦੇ ਵਿੱਚ ਆ ਗੱਲ ਯਾਦ ਰੱਖਣਾ ਤੇ ਪ੍ਰਧਾਨ ਵੀ ਬਣਦੀ ਹੈ ਅਧਿਆਰ ਮਠ ਜੇ ਆਪਾਂ ਗੱਲ ਕਰੀਏ थियोਸੋਫੀਕਲ ਸੁਸਾਇਟੀ ਦਾ ਜਨਮ 1875 ਦੇ ਵਿੱਚ ਬਲੈਕ ਮੈਜਿਕ ਦੇ ਸੰਬੰਧੀ ਹੁੰਦਾ ਹੈ ਆ ਗੱਲ ਯਾਦ ਰੱਖਿਓ ਨਿਊਯਾਰਕ 'ਚ ਹੁੰਦਾ ਹੈ ਮੈਡਮ ਜੇ ਆਪਾਂ ਗੱਲ ਕਰੀਏ ਵਲਾਸਕੀ ਐਂਡ ਕਰਨਲ ਆਲਕੋਰਟ ਨੇ ਯੂ ਨੋ ਜਨਮ ਦਿੱਤਾ ਸੀਗਾ ਮਤਲਬ ਫਾਊਂਡਿੰਗ ਮੈਂਬਰ ਸੀਗੇ ਆ ਗੱਲ ਯਾਦ ਰੱਖਿਓ ਜੀ ਅੱਗੇ ਚੱਲ ਕੇ ਦੇਖਿਓ ਜੀ ਹੋਮ ਰੂਲ ਲੀਗਾ ਕਨਸੈਪਟ ਜਿਹੜਾ ਇਹੀ ਭਾਰਤ ਵਿੱਚ ਲੈ ਕੇ ਆਇਆ ਸੀਗੇ ਤੇ 올 ਇੰਡੀਆ ਹੋਮ ਰੂਲ ਵੀ ਇਹਨਾਂ ਦਾ ਇਹੀ ਹੈ ਸਨ 1898 ਦੇ ਵਿੱਚ ਜੇ ਆਪਾਂ ਗੱਲ ਕਰੀਏ ਬੀ ਐਚ ਸੀ ਬਨਾਰਸ ਸਿੰਧੂ ਕਾਲਜ ਦੀ ਸਥਾਪਨਾ ਇਹਦੀ ਕਿ ਇਹਨਾਂ ਨੇ ਕੀਤੀ ਸੀ ਜੋ ਅੱਗੇ ਚੱਲ ਕੇ ਬੀ ਐਚ ਯੂ ਬਣਦਾ ਹੈ ਆ ਗੱਲ ਯਾਦ ਰੱਖਿਓ ਜੀ ਇਸ ਦੇ ਨਾਲ ਨਾਲ ਐਨੀ ਆਂਟੀ ਨੇ ਹੋਰ ਕੀ ਕੀਤਾ ਸੀਗਾ ਐਨੀ ਆਂਟੀ ਨੇ ਸਿੱਧੇ ਤੌਰ ਤੇ ਇੱਕ ਥੀਓਸੋਫੀਕਲ ਬੇਸੈਂਟਸ ਥੀਓਸੋਫੀਕਲ ਸਕੂਲ ਵੀ ਸਟਾਰਟ ਕੀਤਾ ਸੀਗਾ ਅਧਿਆਰ ਦੇ ਵਿੱਚ ਆ ਵੀ ਗਲਤ ਸੀ ਯਾਦ ਰੱਖਣੀ ਇਹ ਸਾਰਾ ਜਿੰਨੀ ਗੱਲਾਂ ਨੇ ਇਹ ਸਾਰਾ ਕੁਝ ਜਿਹੜਾ ਹੈਗਾ ਐਨੀ ਆਂਟੀ ਦੇ ਬਾਰੇ ਹੀ ਸਾਨੂੰ ਦੇਖਣ ਨੂੰ ਮਿਲਦਾ ਹੈ ਇੱਕ ਅੱਲਾ ਕਲਾ ਪੁਆਇੰਟ ਯਾਦ ਰੱਖਣਾ ਇੱਕ ਪੁਆਇੰਟ ਰਹਿ ਜਾਂਦਾ ਉਹ ਵੀ ਦੱਸ ਦਿੰਨੇ ਆ ਜੀ ਬੁੱਕ ਜਿਹੜੀ ਪੜ੍ਹ ਕੇ ਇਹਨਾਂ ਦਾ ਮਨ ਪਰਿਵਰਤਨ ਹੋ ਗਿਆ ਸੀਗਾ ਡਾਕਟਰੀਨ ਸੀਕ੍ਰੀਟ ਡਾਕਟਰੀਨ ਪੜ੍ਹ ਕੇ ਇਹਨਾਂ ਦਾ ਮਨ ਪਰਿਵਰਤਿਤ ਹੋ ਗਿਆ ਸੀਗਾ ਤੇ ਇਸ ਕਰਕੇ ਅੱਗੇ ਚੱਲ ਕੇ ਇਹ ਐਨੀਆ थियोਸੋਫੀਕਲ ਸੁਸਾਇਟੀ ਦੇ ਵਿੱਚ ਐਂਟਰ ਕਰ ਜਾਂਦੀ ਹੈ ਗੱਲ ਯਾਦ ਰੱਖਣਾ ਜੀ ਠੀਕ ਹੈ ਜੀ ਅੱਛਾ ਬੀਬੀਐਮਬੀ ਦੇ ਨਾਲ ਅਰਸ਼ੂ ਦਾ ਚੱਕਰ ਇਹ ਹੈ ਹੁਣ ਜਿਹੜੀ ਵੈਕੈਂਸੀਜ਼ ਨੇ ਨਾ ਉਹ ਓਪਨ ਕਰ ਦਿੱਤੀਆਂ ਪੂਰੇ ਭਾਰਤ ਵਾਸਤੇ ਠੀਕ ਹੈ ਮੈਂ ਥੋੜਾ ਜਿਹਾ ਪੜਿਆ ਸੀਗਾ ਪੂਰਾ thoroughly issue ਪੜਿਆ ਨਹੀਂ ਹੈਗਾ ਮੈਂ ਠੀਕ ਹੈ ਉਹ ਪੂਰਾ ਜਿਹੜਾ ਕਿ ਓਪਨ ਕਰ ਦਿੱਤਾ ਗਿਆ ਪੂਰੇ ਭਾਰਤ ਵਾਸਤੇ ਓਪਨ ਕਰ ਦਿੱਤਾ ਗਿਆ ਜਿਹਦੇ ਵਿੱਚ ਪੰਜਾਬ ਦੀ ਜਿਹੜੀ ਸਦਸਤਾ ਹੈ ਉਹ ਖਤਮ ਕਰਨ ਦੀ ਗੱਲ ਕੀਤੀ ਗਈ ਹੈ ਬਾਕੀ ਇੱਕ ਵਾਰੀ ਪੂਰਾ ਆਰਟੀਕਲ ਪੜ੍ਹ ਕੇ ਫਿਰ ਇੱਕ ਵਾਰੀ ਜ਼ਰੂਰ ਦਾ ਜਿਹੜਾ ਨਿਚੋੜ ਹੈ ਤੁਹਾਨੂੰ ਜ਼ਰੂਰ ਦੱਸਾਂਗਾ ਮੈਂ ਠੀਕ ਹੈ ਅਨਸਰ ਆਏਗਾ A ਅਗਲਾ ਕੁਐਸਚਨ ਕੀ ਹੈ ਕਿਹੜਾ ਹੈ ਵਿਚ ਐਕਟ ਆਫ ਬ੍ਰਿਟਿਸ਼ ਗਵਰਨਮੈਂਟ ਗ੍ਰਾਂਟਡ ਰੁਪੀਏ 1 ਲੱਖ ਫਾਰ ਐਜੂਕੇਸ਼ਨ ਇਨ ਇੰਡੀਆ ਫਾਰ ਦਾ ਫਰਸਟ ਟਾਈਮ ਕਿਹੜੇ ਐਕਟ ਦੇ ਤਹਿਤ ਅੰਗਰੇਜ਼ੀ ਹਕੂਮਤ ਨੇ ਭਾਰਤੀਆਂ ਲਈ 1 ਲੱਖ ਰੁਪਏ ਦੀ ਜਿਹੜੀ ਕਿ ਪੜ੍ਹਾਈ ਦੇ ਪ੍ਰਤੀ ਘੋਸ਼ਣਾ ਕੀਤੀ ਸੀ ਪਹਿਲੀ ਵਾਰ ਉਹ ਕਿਹੜਾ ਸੀ बोर्ड्स डिस्पैच 1854 चार्टर एक्ट 1813 चार्टर एक्ट 1857 इंडियन काउंसिल एक्ट 1892 की होएगा जी केड़ा आंसर होएगा बच्चे दसो जी बतरा साहब सास्त्री काल मेरा परा नेहा ठक्कर ਜਲੋਜੀ C A A C C A A C ਠੀਕ ਹੈ ਜੇ ਭਾ ਗੱਲ ਕਰੀਏ ਜਿਨਾਂ ਨੇ ਇਹ ਕਹਿਤਾ ਜੀ ਤਾਂ ਮੈਂ ਇੱਕ ਗੱਲ ਦੱਸ ਦੇਣਾ ਚਾਹੁੰਦਾ ਜੀ ਉਡਸ ਡਿਸਪੈਚ ਜਿਹੜਾ ਹੈ ਇਹ ਨਹੀਂ ਹੁੰਦਾ ਹੈ ਆ ਗੱਲ ਯਾਦ ਰੱਖਿਓ ਉਡਸ ਡਿਸਪੈਚ ਤਾਂ ਬਿਲਕੁਲ ਨਹੀਂ ਹੁੰਦਾ ਜੇ ਆਪਾਂ ਗੱਲ ਕਰੀਏ ਤੇ ਜੀ ਚਾਰਟਰੈਕਟ ਇਹ ਵੀ ਨਹੀਂ ਹੁੰਦਾ ਹੈ 1813 ਦੇ ਐਕਟ ਦੇ ਵਿੱਚ ਇਹੀ ਗੱਲ ਕਹੀ ਸੀ ਕਿ ਵੀਰੇ ਅੱਗੇ ਚੱਲ ਕੇ 1 ਲੱਖ ਰੁਪਇਆ ਜਿਹੜਾ ਹੈ ਤੁਹਾਨੂੰ ਖਰਚ ਕਰਨਾ ਪਏਗਾ ਬਟ 1833 ਆਂਦੇ ਆਂਦੇ ਤੱਕ ਕੁਝ ਨਹੀਂ ਹੋਇਆ ਤੇ ਵਿਚਾਰੇ ਇੱਕ ਜਿਹੜਾ ਹੈਗਾ ਜਨਰਲ ਇਨਸਟruction ਜੇ ਆਪਾਂ ਗੱਲ ਕਰੀਏ ਉਹ ਆਂਦਾ ਹੈ ਜੀ 1823 ਦਾ ਐਕਟ ਆਂਦਾ ਜਿਸ ਦੇ ਤਹਿਤ ਇਹ ਚੀਜ਼ ਦੀ ਜਿਹੜੀ ਪੁਕਤਾ ਗੱਲ ਹੋ ਗਈ ਸੀ ਫਿਰ 1833 ਤੋਂ ਬਾਅਦ 1835 ਦੇ ਵਿੱਚ ਜੇਕਰ ਕੀ ਆ ਜਾਂਦਾ ਜੀ ਮੈਕੂਲੇ ਮਿਨਟ ਆ ਜਾਂਦਾ ਹੈ ਜਿਸ ਨੇ ਤੁਹਾਨੂੰ ਪੜਨਾ ਪਾਤਾ ਅੰਗਰੇਜ਼ੀ ਪੜਨਾ ਪਾਤਾ ਆ ਗੱਲ ਯਾਦ ਰੱਖਿਓ ਡਾਉਨਵਰਡ ਫਿਲਟਰੇਸ਼ਨ ਥਿਉਰੀ ਵੀ ਜੇ ਆਪਾਂ ਗੱਲ ਕਰੀਏ ਇਹ ਵੀ ਸਾਡੀ 1835 ਨਾਲ ਜੁੜਦੀ ਹੈ ਜਿਸ ਦੇ ਨਾਲ ਇੱਕ ਚੀਜ਼ ਬਿਲਕੁਲ ਕਲੀਅਰ ਹੋ ਗਈ ਸੀ ਮੇਰਾ ਭਰਾ ਯਾਦ ਰੱਖਣਾ ਇਸ ਚੀਜ਼ ਨੂੰ ਪਹਿਲਾ ਵਿਵਾਦ ਚੱਲਦਾ ਸੀਗਾ ਕਿ ਆਖਿਰਕਾਰ ਪੜ੍ਹਾਈ ਦਾ ਮਾਧਿਅਮ ਕੀ ਹੋਊਗਾ ਇੰਗਲਿਸ਼ ਹੋਊਗਾ ਕਿ ਵਰਨੇਕੂਲਰ ਲੈਂਗੁਏਜ ਮਤਲਬ ਆਪਣੀ ਦੇਸੀ ਭਾਸ਼ਾ ਆ ਇਹ ਚੀਜ਼ ਵੀ ਵਿਵਾਦ ਇਸ ਦੇ ਨਾਲ ਖਤਮ ਹੋ ਗਿਆ ਸੀ ਤਾਂ b ਜਿਹੜਾ ਹੋਏਗਾ ਕਲੀਅਰ ਹੋਏਗਾ ਇੱਥੇ ਜੀ ਠੀਕ ਹੈ ਦੇਖੋ ਪਹਿਲਾਂ ਮੇਰੀ ਕਲਾਸ ਨਹੀਂ ਚੱਲਦੀ ਸੀ ਹੁਣ ਤੁਹਾਡੇ ਫੋਨ ਦੇ ਵਿੱਚ ਮੈਨੂੰ ਚੱਲ ਰਿਹਾ ਹੈ ਨਾ ਇਟਸ ਰੀਲੀ ਹਾਰਡ ਹੁਣ ਮੈਨੂੰ ਆਈ ਰੀਲੀ ਸ਼ੁੱਡ ਨਾ ਫਿਗਰ ਆਊਟ ਕੀ ਹੋ ਗਿਓ ਰਿਹਾ ਚਲੋ ਜੀ ਅਗਲਾ ਕੁਐਸ਼ਨ ਦੇਖਿਓ ਜੀ ਆਪਾਂ ਹੁਣ ਠੀਕ ਐ ਅਗਲਾ ਕੁਐਸ਼ਨ ਕੀ ਕਹਿੰਦਾ ਹੈ ਦੇਖੋ ਜੀ ਹੂ ਐਫੀਲੀਏਟਡ ਹਿਮਸੈਲਫ ਵਿਦ ਦਾ ਇੰਗਲਿਸ਼ ਜਰਨਲ ਵੰਦੇ ਮਾਤਰਮ ਵੰਦੇ ਮਾਤਰਮ ਜਿਹੜਾ ਇੱਕ ਜਰਨਲ ਹੈ ਇਸ ਦੇ ਨਾਲ ਕਿਸ ਦਾ ਸੰਬੰਧ ਹੈ ਅਰਵਿੰਦ ਗੋਖਸ਼ ਐਮ ਜੀ ਰਾਣਾਡੇ ਸੁਭਾਸ਼ ਚੰਦਰ ਬੋਸ ਜਾਂ ਫਿਰ ਲੋਕਮਾਨਯ ਤਿਲਕ ਕੀ ਹੋਏਗਾ ਆਨਸਰ ਦੱਸ ਦਿਓ ਇੱਕ ਵਾਰੀ ਸਾਰੇ ਬੰਸਲ ਇਕੱਠੇ ਹੋਗੇ ਨਹੀਂ ਭਰਾ ਸਾਰੇ ਇਕੱਠੇ ਹੋ ਗਏ ਹਨਾ ਸਾਰੇ ਭਰਾ ਇਕੱਠੇ ਹੋਗੇ ਇਕੱਲੇ ਬੰਸਲ ਦੀ ਗੱਲ ਨਹੀਂ ਕਰਨੀ ਹੈਗੀ ਨਾ ਮਾਨਾ ਦੀ ਗੱਲ ਕਰਨੀ ਹੈ ਸਾਰੇ ਇਕੱਠੇ ਹੋਗੇ ਜੀ ਦੱਸੋ ਵੀ ਆਨਸਰ ਮੁੰਡਿਆ ਕੀ ਹੋਗਾ ਸੁਮਨ ਬੰਸਲ ਕਹਿ ਰਹੀ ਹੈ ਕਿ ਐਮ ਜੀ ਰਾਣਾਡੇ ਹੋਗਾ ਹੈਨਾ ਬਾਦਸ਼ਾ ਸਾਡੇ ਵਾਲਾ ਕਹਿੰਦਾ ਹੈ ਇਹ ਵੀ ਕੀ ਕਹਿੰਦਾ ਹੈ ਬੀ ਆਨਸਰ ਹੋਊਗਾ ਹੈਨਾ ਚਲੋ ਜੀ ਐਮ ਜੀ ਰਾਣਾਡੇ ਹੈਨਾ ਮਹਾ ਗੋਵਿੰਦ ਰਾਣਾਡੇ ਬੀ ਕਹਿ ਰਿਹਾ ਬੁੱਧ ਸਿੰਘ ਸਾਹਿਬ ਵੀ ਕਹਿ ਰਿਹਾ ਨਹੀਂ ਮੇਰਾ ਭਰਾ ਬੁੱਧ ਐਮ ਜੀ ਰਾਣਾਡੇ ਦਾ ਸਬੰਧ ਇਸ ਦੇ ਨਾਲ ਨਹੀਂ ਹੁੰਦਾ ਹੈ ਉਹਨਾਂ ਦਾ ਸਬੰਧ ਤਾਂ ਜਦ ਐਜੂਕੇਸ਼ਨ ਦੇ ਨਾਲ ਜ਼ਿਆਦਾ ਕੀਤਾ ਸੀ ਉਹਨਾਂ ਨੇ ਹੈਨਾ ਐਮ ਜੀ ਰਾਣਾਡੇ ਜਿਹੜੇ ਸੀਗੇ ਗੋਪਾਲ ਕ੍ਰਿਸ਼ਨ ਗੋਖਲੇ ਦੇ ਪੋਲਿਟੀਕਲ ਗੁਰੂ ਹੈ ਤੇ ਜਿਹੜੇ ਗੋਖਲੇ ਸਾਹਿਬ ਨੇ ਗਾਂਧੀ ਜੀ ਦੇ ਪੋਲਿਟੀਕਲ ਗੁਰੂ ਹੈ ਐਵੇਂ ਕਹਾਣੀ ਪੂਰੀ ਬਣਦੀ ਹੈ ਆਪਾਂ ਇਹਨਾਂ ਦੋ ਬੰਦਿਆਂ ਦੀ ਕਹਾਣੀ ਲੈਣੇ ਅਰਵਿੰਦੋ ਘੋਸ਼ ਐਂਡ ਵਿਪਨ ਚੰਦਰ ਪਾਲ ਵਿਪਨ ਚੰਦਰ ਪਾਲ ਜਿਹੜਾ ਹੈ ਇਹਨਾਂ ਦੋਨਾਂ ਨੇ ਇਸ ਚੀਜ਼ ਨਾਲ ਜੁੜਦਾ ਜੁੜਿਆ ਜਾਂਦਾ ਹੈ ਇਹਨਾਂ ਨਾਲ ਆ ਗੱਲ ਯਾਦ ਰੱਖਿਓ ਜੀ ਠੀਕ ਹੈ ਕਲੀਅਰ ਹੋ ਗਿਆ ਹੁਣ ਇੱਕ ਚੀਜ਼ ਯਾਦ ਰੱਖਿਓ ਜਿੰਨੇ ਵੀ ਇਹ ਪੁਆਇੰਟ ਦੱਸ ਰਿਆਂ ਇਹ ਇਨ ਡੈਪਥ ਵਾਲੇ ਕੁਐਸਚਨ ਹੈ ਠੀਕ ਹੈ ਜੇ ਕਰਕੇ ਐਗਜ਼ਾਮੀਨਰ ਦਾ ਮੂਡ ਕੱਬਾ ਹੋਏਗਾ ਤਾਂ ਆਹੇ ਪੁਆਇੰਟ ਇਦਾਂ ਦੇ ਪੁਆਇੰਟ ਆ ਪੁੱਛੇਗਾ ਇਸ ਕਰਕੇ ਆ ਕੱਲੇ ਕੱਲੇ ਕੁਐਸਚਨ ਦਾ ਅੱਛਾ ਰੈੱਡ ਦੇਖ ਨਹੀਂ ਰਿਹਾ ਹੋਣਾ ਯਾਰ ਮੇਰਾ ਭਰਾ ਅਪੋਲੋਜੀਜ਼ ਰੈੱਡ ਦੇਖ ਨਹੀਂ ਰਿਹਾ ਹੋਣਾ ਹੈਗਾ ਹੈ ਨਾ ਵਾਹ ਕੀ ਆ ਗਿਆ ਚਲੋ ਰੈਡ ਦਿਖ ਨਹੀਂ ਰਿਹਾ ਹੋਣਾ ਹੈਗਾ ਵਾਈਟ ਲੈਨੇ ਆਪਾਂ ਇਹ ਇਹ ਨਾਲ ਸੰਬੰਧ ਹੁੰਦਾ ਅਰਵਿੰਦ ਖੋਜ ਦੀ ਗੱਲ ਕਰੀਏ ਕਰਨਰ ਕਰਜਨ ਵਿਲੀ ਦੀ ਛੜੇੰਤਰ ਦੇ ਵਿੱਚ ਇਸ ਬੰਦੇ ਦੀ ਜਿਸ ਟਾਈਮ ਪੇਸ਼ੀ ਹੋਈ ਸੀ ਇਸ ਬੰਦੇ ਨੇ ਜਿਹੜਾ ਇਸ ਵਿਪਨ ਚੰਦਰ ਪਾਲ ਨੇ ਗਵਾਹੀ ਦੇਣ ਤੋਂ ਮਨਾ ਕਰਤਾ ਸੀਗਾ ਗਵਾਹੀ ਦੇਣ ਤੋਂ ਕੀ ਕਰਤਾ ਸੀ ਮਨਾ ਕਰਤਾ ਸੀਗਾ ਇਸ ਕਰਕੇ 6 ਮਹੀਨੇ ਆਪਣੇ ਵਿਪਿੰਨ ਚੰਦਰ ਬੌਲ ਅਰਵਿੰਦ ਜੀ ਕਰਕੇ ਜੇਲ੍ਹ ਵੀ ਕੱਟ ਕੇ ਆਉਂਦੇ ਹਨ 1909 ਦੀ ਐਕਟਿਵ ਪੋਲਿਟਿਕਸ ਦੇ ਵਿੱਚੋਂ 1909 ਦੀ ਐਕਟਿਵ ਪੋਲਿਟਿਕਸ ਵਿੱਚੋਂ ਨਿਕਲ ਕੇ ਇਹ ਚਲੇ ਜਾਂਦੇ ਹੈ ਜੀ ਪੁੱਡੂ ਚੇਰੀ ਚਲੇ ਜਾਂਦੇ ਹੈ ਆ ਗੱਲ ਯਾਦ ਰੱਖਣਾ ਤੁਸੀਂ ਤੇ ਉੱਥੇ ਜਾ ਕੇ ਕੀ ਹੋ ਜਾਂਦਾ ਜੀ ਸਵਾਮੀ ਜੀ ਦੇ ਨਾਮ ਤੋਂ ਫਿਰ ਮਸ਼ਹੂਰ ਹੋ ਜਾਂਦੇ 1950 ਚ ਇਹਨਾਂ ਦੀ ਮੌਤ ਹੋ ਜਾਂਦੀ ਹੈ ਇੱਕ ਪੁਆਇੰਟ ਹੋਰ ਨਿਕਲ ਕੇ ਆਉਂਦਾ ਜੀ ਠੀਕ ਹੈ ਜੀ ਹੁਣ ਇੱਕ ਪੁਆਇੰਟ ਹੋਰ ਨਿਕਲ ਕੀ ਕੀ ਜਾਂਦਾ ਦੇਖੋ ਭਰਾ ਸਾਰੇ ਇੱਕ ਵਾਰੀ ਮਾੜੇ ਜੇ ਸੀਰੀਅਸ ਹੋ ਜਾਓ ਹੈਨਾ ਹੈਨਾ ਹੁਣ ਮਾੜੇ ਸੀਰੀਅਸ ਹੋ ਜਾਓਣ ਠੀਕ ਹੈ ਚਲੋ ਜੀ ਅੱਜ ਆਪਾਂ ਗੱਲ ਕਰੀ ਬਿਪਿੰਦ ਚੰਦਰ ਪਾਲ ਦਾ ਵਿਆਹ ਇੱਕ ਵਿਡੋ ਦੇ ਨਾਲ ਹੋਇਆ ਸੀਗਾ ਆ ਵੀ ਗੱਲ ਯਾਦ ਰੱਖਿਓ ਇਹ ਵੀ ਕੁਐਸਚਨ ਪੁੱਛਿਆ ਗਿਆ ਹੋਇਆ ਹੈ ਆ ਗੱਲ ਯਾਦ ਰੱਖਿਓ ਤੁਸੀਂ ਠੀਕ ਹੈ ਇਹ ਸਾਰੇ ਪੁਆਇੰਟ ਜਿਹੜੇ ਹੈ ਇਹ ਬਰੀਕੀ ਵਾਲੇ ਹੈ ਠੀਕ ਹੈ ਤਾਂ ਮੇਰਾ ਇਹ ਫਰਜ਼ ਬਣਦਾ ਹੈ ਕਿ ਇਹ ਬਰੀਕੀ ਵਾਲੇ ਪੁਆਇੰਟ ਜਿਹੜੇ ਹੈ ਤੁਹਾਡੇ ਨਾਲ ਸਾਂਝੇ ਕਰੀਏ ਤਾਂ ਕਿ ਅੱਗੇ ਚੱਲ ਕੇ ਜਿਹੜੇ ਸਾਡੇ ਮਠਾਈ ਵਾਲ ਡੱਬੇ ਹੈ ਉਹ ਪੱਕੇ ਹੋ ਜਾਣ ਠੀਕ ਹੈ ਜੀ ਤਾਂ ਇਸ ਕਰਕੇ ਥੋੜਾ ਸੀਰੀਅਸ ਹੋਣ ਦੀ ਲੋੜ ਹੈ ਠੀਕ ਹੈ ਚਲੋ ਜੀ ਅਗਲਾ ਕੁਐਸਚਨ ਦੇਖਦੇ ਹਾਂ ਆਪਾਂ ਅੱਛਾ ਆਹੀ ਆ ਅਗਲਾ ਕੁਐਸਚਨ ਆ ਗਿਆ ਜੀ ਜੇ ਆਪਾਂ ਗੱਲ ਕਰੀਏ ਕਿਸ ਬੰਦੇ ਨੇ ਸਲੇਵਰੀ ਨੂੰ ਖਤਮ ਕੀਤਾ ਸੀਗਾ ਕਿਸ ਬੰਦੇ ਨੇ ਸਲੇਵਰੀ ਨੂੰ ਕੀ ਕੀਤਾ ਸੀ ਖਤਮ ਕੀਤਾ ਸੀ ਆ ਦੱਸਣਾ ਤੁਸੀਂ ਹੁਣ ਗਵਰਨਰ ਜਨਰਲ ਹੂ ਐਬੋਲਿਸ਼ਡ ਸਲੇਵਰੀ ਕਿਸ ਨੇ ਕੀਤਾ ਸੀ कॉर्नवालिस एलन बोरो विलियम बैंटिक सर जॉन शॉर की होएगा आ दस दो भुपिंदर जी सताल बच्चे भुपिंदर पोपी बच्चे सत चलो जी जसप्रीत करण बी एलन बोरो सन अठारह सौ 43 42 ਦੇ ਵਿੱਚ ਦੇ ਐਕਟ ਉੱਤੇ ਉਸ ਟਾਈਮ ਆਇਆ ਸੀਗਾ ਐਬੋਲੀਸ਼ਨ ਆਫ ਸਲੇਵਰੀ ਐਕਟ ਆਇਆ ਸੀਗਾ ਉਸ ਦੇ ਤਹਿਤ ਸਲੇਵਰੀ ਜਿਹੜੀ ਸੀ ਇਹ ਬੰਦ ਕਰ ਦਿੱਤੀ ਗਈ ਸੀ ਕੌਨਡ ਵਾਲੇਜ਼ ਦਾ ਨਾਮ ਕਿਸ ਨਾਲ ਜੁੜਦਾ ਹੈ ਸਿਵਲ ਸਰਵਿਸੇਸ ਦੇ ਨਾਲ ਜੁੜਦਾ ਹੈ ਇਹ ਵੀ ਗੱਲ ਯਾਦ ਰੱਖਣਾ ਇਹਦਾ ਮਕਬਰਾ ਗਾਜ਼ੀਪੁਰ ਦੇ ਵਿੱਚ ਹੈ ਆ ਵੀ ਯਾਦ ਰੱਖਿਓ ਇਹਨਾਂ ਦੇ ਵੇਲੇ ਸਤੀ ਪ੍ਰਥਾ ਬੰਦ ਕੀਤੀ ਗਈ ਸੀ ਆ ਵੀ ਗੱਲ ਯਾਦ ਰੱਖਿਓ ਸਰ ਜான் ਸ਼ੋਰ ਦਾ ਨਾਮ ਕਿਸ ਨਾਲ ਜੁੜਦਾ ਹੈ ਰੈਵਨਿਊ ਸਿਸਟਮ ਦੇ ਨਾਲ ਜੁੜਦਾ ਹੈ ਹੁਣ ਰੈਵਨਿਊ ਸਿਸਟਮ ਤੁਸੀਂ ਦੱਸ ਦਿਓ ਕਿਹੜਾ ਇਹਨਾਂ ਨੇ ਡਿਵੈਲਪ ਕੀਤਾ ਸੀ ਰੈਵਨਿਊ ਸਿਸਟਮ ਕਿਹੜਾ ਡਿਵੈਲਪ ਕੀਤਾ ਸੀ ਆ ਦੱਸ ਦੇ ਇੱਕ ਵਾਰੀ ਐਸ ਗੋਲਡੀ ਐਲਨ ਬਾਰੋ ਬਿਲਕੁਲ ਠੀਕ ਹੈ ਜੀ ਠੀਕ ਹੈ ਚਲੋ ਜੀ ਅਗਲਾ ਕੁਐਸਚਨ ਦੇਖੀਏ ਫਰਸਟ ਸੈਂਸਸ ਜਿਹੜਾ ਹੋਇਆ ਸੀਗਾ ਉਹ ਕਿਸ ਦੇ ਸ਼ਾਸਨ ਕਾਲ ਦੇ ਵਿੱਚ ਹੋਇਆ ਸੀ ਆ ਵੀ ਇੱਕ ਵਾਰੀ ਜ਼ਰੂਰ ਦੱਸੋ ਫਰਸਟ ਸੈਂਸਸ ਦੀ ਆਪਾਂ ਗੱਲ ਕਰ ਰਹੇ ਹਾਂ ਸਨ 1882 ਦੀ ਗੱਲ ਕਰ ਰਹੇ ਹਾਂ ਠੀਕ ਹੈ ਹਾਂ 82 ਦੀ ਤਾਂ ਕਿਸ ਦੇ ਸ਼ਾਸਨ ਕਾਲ ਦੇ ਵਿੱਚ ਹੋਇਆ ਸੀਗਾ ਆ ਵੀ ਇੱਕ ਵਾਰੀ ਗੱਲ ਦੱਸਣੀ ਬਣਦੀ ਹੈ ਠੀਕ ਹੈ ਆਸ਼ਾ ਰਾਣੀ ਜੀ ਬਿਲਕੁਲ ਠੀਕ ਹੈ ਥੈਟ ਇਜ਼ ਐਨ ਬਰੋ ਸ਼ਿਵਮ ਪੱਤਰਾ ਕੀ ਸਮਝ ਨਹੀਂ ਆ ਮੇਰਾ ਭਰਾ ਸਰ ਜான் ਸ਼ੌਰ ਦਾ ਪਗਲ ਗਰੀ ਹੈ ਮੈਡਰਾਸ ਦੇ ਗਵਰਨਰ ਸੀ ਠੀਕ ਹੈ ਮੈਡਰਾਸ ਠੀਕ ਹੈ ਚਲੋ ਜੀ ਪਰਮਨੈਂਟ ਸੈਟਲਮੈਂਟ ਰਇਤ ਵੜੀ ਵੀ ਗਿਆ ਤਾਂ ਚਲੋ ਕਿ ਦੱਸਦੇ ਹਾਂ ਉਹਦੇ ਬਾਰੇ ਵੀ ਲord ਮਾਇਓ ਦੇ ਵੇਲੇ ਆ ਸਾਰਾ ਕੁਝ ਹੋਇਆ ਸੀ ਆ ਗੱਲ ਯਾਦ ਰੱਖਿਓ ਤੁਸੀਂ ਠੀਕ ਹੈ ਆ ਗੱਲ ਜਿਹੜੀ ਹੈ ਅੱਜ ਦੀ ਯਾਦ ਰੱਖਣੀ ਆ ਲord ਮਾਇਓ ਦੇ ਵੇਲੇ ਸਨ 1882 ਦੇ ਜੇ ਪਹਿਲੀ ਵਾਰ ਜਿਹੜਾ ਪ੍ਰਾਪਰਟ ਤਰੀਕ ਨਾਲ ਸੈਂਸਰ ਜਿਹੜਾ ਸੀਗਾ ਇਹ ਸਾਡਾ ਕੰਡਕਟ ਹੋਇਆ ਸੀਗਾ ਆ ਗੱਲ ਯਾਦ ਰੱਖਣੀ ਲਿਟਨ ਦੇ ਵੇਲੇ ਕੀ ਕੀ ਹੋਇਆ ਸੀਗਾ अठारह सौ बयासी बोलीगा बहत्तर है यार बहत्तर अठारह सौ बहत्तर बयासी बोली लिटन की गल करिए लिटन देखर प्रेस एक्ट बड़ा फेमस है जी ते अगली गल करिए इंडियन आर्म्स एक्ट ये भी बड़ा फेमस है इस सारा कुछ जिन्हें भी उल्टिया सीधिया पॉलिसीज़ है सारा कुछ लिटन लेके आया इन्होंने महान काम करता आईएनसी बना करके लॉर्ड डफरन ने अपना गल करिए अठारह सौ अठत् ठीक है एलबर्ट बिल कॉन्ट्रवर्सी एल्बर्ट बिल कॉन्ट्रवर्सी इन्हें जुड़ती है आ गल याद रखियो ठीक है लॉर्ड रिपन लो फादर ऑफ लोकल सेल्फ गवर्नमेंट बिल्कुल ठीक है आने सारे ना बिल्कुल ठीक है जी बहुत वदिया अगला क्वेश्चन देखो जी हूँ अगला क्वेश्चन की कहता है विच वन ऑफ द फॉलोइंग वॉयस रॉय ऑफ इंडिया वॉज मर्डर्ड बाय अ कन्विक्ट इन अंदमान निकोबार आईलैंड वायल ही वॉज ऑन अ टूर मतलब किस वायस रॉय की हत्या की गई कर दिखती गई सी hmm. किसी अपराधी ਦੇ ਦੁਆਰਾ ਕਿਸੇ ਗੁਨਾਹਗਾਰ ਦੇ ਦੁਆਰਾ ਜੋ ਉੱਥੇ ਕੈਦ ਸੀਗਾ ਜਦੋਂ ਉਹ ਅੰਡੇਮਾਨ ਨਿਕਵਰ ਘੁੰਮਣ ਗਏ ਸੀਗੇ ਟੂਰ ਤੇ ਗਿਆ ਸੀਗਾ ਚੰਗਾ ਟੂਰ ਬਣਾਤਾ ਸੀਗੇ ਤਾਂ ਹੈਨਾ ਫਾਦਰ ਆਫ ਲੋਕਲ ਸੈਲਫ ਗਵਰਨਮੈਂਟ ਲਾਰਡ ਰਿਪਨ ਹੁੰਦੇ ਹੈ ਬਿਲਕੁਲ ਠੀਕ ਹੈ ਜੀ ਠੀਕ ਹੈ ਚਲੋ ਕਜ਼ਨ ਰਿਪਨ ਮਾਇਓ ਜਾਂ ਫਿਰ ਮਿੰਟੋ ਠੀਕ ਹੈ ਜੀ ਬਿਲਕੁਲ ਜੀ ਗੱਲ ਕਰੀਏ ਸੈਂਸਸ ਵਿੱਚ ਦਰਜ ਕਰਾ ਦਿੱਤਾ ਗਿਆ ਸੀ ਇਹਨੂੰ ਐਵੇਂ ਕਰਕੇ ਯਾਦ ਰੱਖਿਓ ਕਿਹਨਾਂ ਦੇ ਦੁਆਰਾ ਸ਼ੇਰ ਅਲੀ ਅਫਰੀਦੀ ਦੇ ਦੁਆਰਾ ਸ਼ੇਰ ਅਲੀ ਅਫਰੀਦੀ ਦੇ ਦੁਆਰਾ ਇਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਇਹ ਗਏ ਸੀਗੇ ਗੱਲ ਯਾਦ ਰੱਖਿਓ ਅਗਲੀ ਗੱਲ ਜੇ ਆਪਾਂ ਕਰਜ਼ਨ ਦੇ ਨਾਲ ਜੋੜਦੇ ਹਾਂ ਬਾਹਲੀਆਂ ਚੀਜ਼ਾਂ ਨੇ ਜਿਵੇਂ ਕਿ ਜੇ ਆਪਾਂ ਗੱਲ ਕਰੀਏ ਸੀਕ੍ਰੀਟ ਐਕਟ ਜੋ ਕਿ 1905 ਦੇ ਵਿੱਚ ਚਾਰ ਦੇ ਵਿੱਚ ਲਾਗੂ ਕੀਤਾ ਗਿਆ ਸੀਗਾ ਇਹ ਇਹਨਾਂ ਦਾ ਹੀ ਦਿੱਤਾ ਹੋਣਾ ਹੈ ਯੂਨੀਵਰਸਿਟੀ ਦੀ ਆਟੋਨੋਮਿਕ ਹੋ ਲੈਣੀ ਇਹ ਵੀ ਇਹਨਾਂ ਦੇ ਵੇਲੇ ਹੈ ਡਿਪਰੈਸਡ ਕਰ ਦਿੱਤਾ ਗਿਆ ਸੀਗਾ ਤੇ ਬੰਗਾਲ ਦੀ ਬੰਡ ਦਾ ਛੁੱਤੀ ਹੈ ਹੀ ਨਹੀਂ ਪਲੱਸ ਜਿਹੜੇ ਕੀ ਆ ਕੀ ਹੁੰਦਾ ਹੈ ਕਿ ਆ ਆਰਟੀਫੈਕਟ ਵਾਲਾ ਜਿਹੜਾ ਐਕਟ ਹੁੰਦਾ ਹੈ ਆਰਟੀਫੈਕਟ ਵਾਲਾ ਐਕਟ ਜਿਹੜਾ ਹੁੰਦਾ ਹੈ ਉਹ ਵੀ ਇਹਨਾਂ ਦੇ ਵੇਲੇ ਹੀ ਹੁੰਦਾ ਹੈ ਆ ਗੱਲ ਯਾਦ ਰੱਖਿਓ ਇਸ ਸਾਰਾ ਕੁਝ ਲਾਰਡ ਕਰਜ਼ਨ ਦੇ ਨਾਲ ਜੁੜਦਾ ਹੈ ਆ ਗੱਲ ਯਾਦ ਰੱਖਿਓ ਜੀ ਠੀਕ ਹੈ ਚਲੋ ਜੀ ਅਗਲਾ ਕੁਐਸਚਨ ਪ੍ਰੋਡਕਸ਼ਨ ਆਫ ਮੋਨੂਮੈਂਟਸ ਹਾਂ ਬੱਚੇ ਆਰਟੀਫੈਕਟਡਾ ਉਹੀ ਉਹੀ ਬੱਚੇ ਉਹੀ ਚੀਜ਼ ਜਿਹੜੀ ਹੈ ਉਹਦੇ ਨਾਲ ਹੀ ਹੈ ਠੀਕ ਹੈ ਇਹ ਸਾਰੇ ਪੁਆਇੰਟ ਜਿਹੜੇ ਹੈ ਤੁਸੀਂ ਯਾਦ ਰੱਖਣੇ ਹੈ ਇਸ ਸਨ 2005 ਦੇ ਵਿੱਚ ਇਹਨੂੰ ਕਨਵਰਟ ਕਰ ਦਿੱਤਾ ਗਿਆ ਆਰਟੀਆ ਦੇ ਵਿੱਚ ਇਹਨੂੰ ਕਨਵਰਟ ਕਰ ਦਿੱਤਾ ਗਿਆ ਸੀ ਆ ਗੱਲ ਯਾਦ ਰੱਖਣੀ ਹੈ ਸਾਰਿਆਂ ਨੇ ਠੀਕ ਹੈ ਜੀ ਚਲੋ ਜੀ ਅਗਲਾ ਕੁਐਸਚਨ ਦੇਖਦੇ ਆਪਾਂ ਹੁਣ ਹੈਨਾ ਦ ਮੁਸਲਿਮਸ ਇਫ ਕਨ Contented and satisfied would become the greatest bulwark of the British power in India. मतलब दीवार जड़ी है बुलवर्क का मतलब हम सहारा पॉजिटिव सेंसल दीवार बना गया आप गल कही गई थी है ना चलो ये गल कही गई सी हार्बर्ड रिजले लिटन डबल्यू डबल्यू हंटर या फिर एच एन ब्रेल्सफोर्ड द्वारा हम जी बारे सीधी सिंपल जी गल करिए जी डबल्यू डबल्यू हंटर जड़ा है इसने ये गल कही सी, आ गल याद रखिए क्योंकि ਇੱਕ ਥਿਊਰੀ ਚੱਲਦੀ ਹੈ ਥਿਊਰੀ ਕੀ ਕਹਿੰਦੀ ਹੈ ਜੇ ਆਪਾਂ ਗੱਲ ਕਰੀਏ ਇੱਕ ਪਾਲਿਸੀ ਜਿਹੜੀ ਕੀਤੀ ਗਈ ਸੀ ਉਹ ਇੱਕ ਵਾਰੀ ਸਮਝ ਲਓ ਮੇਰਾ ਭਰਾ ਸੁਮਨਵੰਸਲ ਬਿਲਕੁਲ ਠੀਕ ਹੈ ਠੀਕ ਹੈ ਹੂੰ ਹੁਣ ਆਪਾਂ ਪਠਾਣੀਆ ਸਾਹਿਬ ਇੱਥੇ ਹੀ ਮਿਲਾਂਗੇ ਆਪਾਂ ਹੈਨਾ ਠੀਕ ਹੈ ਇੱਥੇ ਮਿਲਾਂਗੇ ਡੋਨਟ ਬਰੀ ਹੁਣ ਦੇਖੋ ਜੀ ਬਿਲਕੁਲ ਜਿਨ੍ਹਾਂ ਨੇ ਸੀ ਆਨਸਰ ਦਿੱਤਾ ਸੀਗਾ ਦੇਖੋ ਪੂਰੀ ਕਹਾਣੀ ਥੋੜਿਆ ਪਿਛੋਂ ਦੀ ਆਪਾਂ ਇੱਕ ਵਾਰੀ ਸਮਝਾ ਦਿੰਨੇ ਆ ਮਾੜਾ ਜਿਹਾ ਵੈਲਜ਼ਲੇ बैलज ने की सबसीडरी बनाया है ना लॉर्ड बैलज ने डलहाउी ने की बनाया डॉक्टरीन ऑफ लैप बनाए थोना का अंत जो आप गल करिए विक्टोरिया ਡੈਕਲੇਰੇਸ਼ਨ ਦੇ ਨਾਲ ਹੋ ਜਾਂਦਾ ਹੈ ਸਨ 1858 ਦੇ ਵਿੱਚ ਪਰ ਇਹ ਆਫੀਸ਼ੀਅਲ ਸੀਗਾ ਅਨ ਆਫੀਸ਼ੀਅਲੀ ਫਿਰ ਇਹਨਾਂ ਨੇ ਕੀ ਕੀਤਾ ਜੀ 1858 ਤੋਂ ਲੈ ਕਰਕੇ ਜੇ ਗੱਲ ਕਰੀਏ 1875 ਤੱਕ ਇਸ ਵੇਲੇ ਇਹਨਾਂ ਨੇ ਹਿੰਦੂਜ਼ ਨੂੰ ਸਪੋਰਟ ਕੀਤਾ ਜੀ ਲੇਕਿਨ 1875 ਔਨਵਰਡ ਇਹਨਾਂ ਨੇ 1900 ਤੱਕ ਕੀ ਕੀਤਾ ਜੀ ਮੁਸਲਮਨ ਨੂੰ ਸਪੋਰਟ ਕੀਤਾ ਸੀਗਾ ਤੇ ਇਸ ਕਰਕੇ ਇਹ ਕੰਡੀਸ਼ਨ ਜਿਹੜੀ ਸੀ ਜ਼ਰਾ ਫੇਵਰਲ ਸੀਗੀ ਇਸੇ ਕਰਕੇ ਜਿਹੜੀ ਆ ਲਾਈਨ ਹੈ ਇਸੇ ਕਰਕੇ ਨਿਕਲ ਕੇ ਆਉਂਦੀ ਹੈ ਗੱਲ ਯਾਦ ਰੱਖਣਾ ਜੀ ਠੀਕ ਹੈ ਚਲੋ ਜੀ ਠੀਕ ਹੈ ਪੂਨਾ ਸਤਾਰਾ ਪੂਨ ਸਤਾਰਾ ਨਾਗਪੁਰ ਸਤਾਰਾ ਝਾਂਸੀ ਅਵਧ ਠੀਕ ਹੈ ਇਹਦੇ ਵਿੱਚ ਹੀ ਹੁੰਦਾ ਹੈ ਬਹੁਤ ਵਧੀਆ ਠੀਕ ਹੈ ਜੀ ਹੁਣ ਜਲਦੀ ਤੇ ਥੋੜਾ ਜਿਹਾ ਖਿੱਚੀ ਕੰਮ ਮੜਾ ਜੇ ਅਗਲਾ ਕੁਐਸਚਨ ਕੀ ਕਹਿੰਦਾ ਹੈ ਬੰਗਾਲ ਟੈਨੈਸੀ ਐਕਟ ਜੇ ਆਪਾਂ ਗੱਲ ਕਰ ਰਹੇ ਹਾਂ ਜੇ ਇਹਦੀ ਗੱਲ ਕੀਤੀ ਜਾਵੇ ਜੋ ਕਿ ਜਿਹਦੇ ਵਿੱਚ ਰਾਈਟਸ ਦਿੱਤੇ ਗਏ ਸੀਗੇ ਟੈਨੈਂਟਸ ਨੂੰ ਠੀਕ ਹੈ ਟੈਨੈਂਟਸ ਨੂੰ ਰਾਈਟ ਦਿੱਤੇ ਗਏ ਸੀਗੇ ਠੀਕ ਹੈ ਉਸ ਕਿਹੜੇ ਸਨ ਵਿੱਚ ਐਕਟ ਹੁੰਦਾ ਹੈ 85 86 89 1900 ਕੀ ਹੋਏਗਾ ਦਾ ਆਨਸਰ ਹੁਣ ਇੱਕ ਵਾਰੀ ਨਾ ਸਾਰੇ ਜਣੇ ਸੈਸ਼ਨ ਨੂੰ ਸ਼ੇਅਰ ਕਰ ਲਓ ਇੱਕ ਵਾਰੀ ਮੜਾ ਜਿਆ ਠੀਕ ਹੈ ਜਿਵੇਂ ਕੀ ਉਹ ਕੀ ਕਰਨਾ ਹੈ ਮੈਂ ਆਪਣਾ ਕੈਪਸ਼ਨ ਕਹਿੰਦਾ ਹਾਂ ਇੰਟਰਨੈਸ਼ਨਲ ਪੱਧਰ ਤੇ ਬਿਲਕੁਲ ਜਸਪ੍ਰੀਤ ਮਹਿਰਾ ਠੀਕ ਹੈ ਜੀ ਸੰ 1885 ਦੇ ਵਿੱਚ ਬੰਗਾਲ ਟੈਨੈਸੀ ਐਕਟ ਆ ਜਾਂਦਾ ਹੈ ਜਿਤ ਕਿਸ ਦੀ ਸ਼ੁਰੂਆਤ ਸੰ 1822 ਦੇ ਵਿੱਚ ਹੁੰਦੀ ਹੈ ਕੀ ਕਹਿੰਦਾ ਸੀ ਐਕਟ ਇਹ ਇਹ ਐਕਟ ਇਹ ਕਹਿੰਦਾ ਸੀ ਅਗਰ ਕੋਈ ਵੀ ਬੰਦਾ 12 ਸਾਲ ਪਲੱਸ ਤੱਕ ਲਗਾਤਾਰ ਕਿਸੇ ਲੈਂਡ ਤੇ ਲਗਾਤਾਰ ਕੀ ਕਰ ਰਿਹਾ ਕੰਮ ਕਰ ਰਿਹਾ ਹੈ ਤਾਂ ਉਹਨੂੰ ਕੀ ਬਣ ਜਾਏਗਾ ਉਸਦਾ ਰਾਈਟ ਮਿਲ ਜਾਏਗਾ ਜ਼ਮੀਨ ਉਸਦੇ ਨਾਮ ਟਰਾਂਸਫਰ ਹੋ ਜਾਏਗੀ ਅਕਸਰ ਪਿੰਡਾਂ ਵਿੱਚ ਤੁਸੀਂ ਇਹ ਗੱਲ ਜਿਹੜੀ ਹੈ ਇਹ ਗੱਲ ਸੁਣੀ ਵੀ ਹੋਣੀ ਹੈ ਗੱਲ ਯਾਦ ਰੱਖਣਾ ਤੁਸੀਂ ठीक है वर्ल्ड वॉर भी बना देंगे बच्चे वर्ल्ड वॉर थोड़े कंसर्न ना आता है यार जो वर्ल्ड हिस्ट्री थोड़ी लैक्चर आँगी कराइए भी ठीक है चलो जी ऑनरशिप ट्रांसफर बिल्कुल जी ਅਗਲਾ ਕੁਐਸਚਨ ਦੇਖੋ ਜੀ ਅਗਲਾ ਆਂਦਾ ਜੀ ਲక్ష్ਮੀਬਾਈ ਦੀ ਸਮਾਧੀ ਕਿੱਥੇ ਹੈ ਮੰਡਲਾ ਮੰਡੂ ਜਬਲਪੁਰ ਜਾਂ ਫਿਰ ਗਵਾਲੀਅਰ ਕਿੱਥੇ ਆਉਂਦੀ ਹੈ ਲక్ష్ਮੀਬਾਈ ਦੀ ਸਮਾਧੀ ਕਿੱਥੇ ਆਉਂਦੀ ਹੈ ਬਚਪਨ ਦਾ ਨਾਮ ਮਨੂ ਜਾਂ ਫਿਰ ਮਨੀ ਕਰਨੀ ਦਾ ਮਨੀ ਕਰਨੀ ਕਾ ਹੁੰਦਾ ਹੈ ਹੁਣ ਤੁਸੀਂ ਦੱਸੋ ਕਿਹੜਾ ਆਨਸਰ ਸਹੀ ਹੋਏਗਾ ਇਹਦੇ ਵਿੱਚ ਠੀਕ ਹੈ गंगाधर राव ਇਹਨਾਂ ਦੇ ਹਸਬੰਡ ਗੰਗਾ ਧਰ राव ਕਿਹੜਾ ਆਨਸਰ ਸਹੀ ਹੋਏਗਾ ਇਹਦੇ ਵਿੱਚ ਆ ਬਿਲਕੁਲ ਜੀ ਬੇਨਾਮੀ ट्रांजैक्शन ਬੇਨਾਮੀ ट्रांजैक्शन ਮਤਲਬ ਕਿ ਪੂਰਾ ਸਮਝ ਨਹੀਂ ਮੈਂ ਇੱਕ ਵੀ ਥੋੜਾ ਦੱਸੂ ਕਿ ਬੇਨਾਮੀ ट्रांजैक्शन ਦਾ ਮਤਲਬ ਕੀ ਹੈ ਬੇਸਿਕਲੀ ਇਹ ਹੁੰਦੇ ਜੀ ਗਵਾਲੀਅਰ ਗਵਾਰੀਅਲ ਦੇ ਨੇੜੇ ਸਰ ਹਿਊਗਰਾਸ ਨੇ ਇਹਨਾਂ ਦੀ ਹੱਤਿਆ ਕਰ ਦਿੱਤੀ ਸੀ تیرਨੇ ਕਿਹਾ ਸੀਗਾ कि ये सब तो ब्रेवेस्ट रेबेल है विद्रोही है ठीक है आ ਗੱਲ ਵੀ ਯਾਦ ਰੱਖਿਓ ਠੀਕ ਹੈ ਜੀ ਚਲੋ ਜੀ ਤੁਸੀਂ ਨਾ ਪਹਿਲਾਂ ਆਪਣਾ ਇੱਕ ਦੂਜੇ ਨਾਲ ਨਾ ਪੂਰਾ ਪੱਤਰਾਚਾਰ ਦੇ ਦਿਓ ਕੌਣ ਕਿੱਥੇ ਤੋਂ ਹੈ ਕਿੱਥੇ ਤੋਂ ਨਹੀਂ ਮੈਂ 2 ਮਿੰਟ ਦਾ ਵਿਰਾਮ ਲੈ ਲੈਣਾ ਠੀਕ ਹੈ ਤੁਸੀਂ ਦੱਸ ਦਿਓ ਕੌਣ ਕਿੱਥੇ ਤੋਂ ਹੈ ਕਿੱਥੇ ਤੋਂ ਨਹੀਂ ਫਿਰ ਆਪਾਂ ਅੱਗੇ ਕਰਾਂਗੇ ਹਨਾ ਪਿੰਨ ਕੋਡ ਦੇ ਨਾਲ ਦੱਸਿਓ ਗਲੀ ਨੰਬਰ ਵੀ ਦੱਸ ਦਿਓ ਨਾਲ ਵੇ ਸਹੀ ਗੱਲ ਹੈ ਕਰ ਲਓ ਕਰ ਲਓ ਇੱਕ ਵਾਰੀ ਨਾ ਬਾੜਥਲਾ ਬੁਰੀ ਕਰ ਲਓ ਮੈਂ ਫੇਰ ਹੀ ਬੋਲੂਗਾ ਕੁਝ ਹੁਣ ਦੱਸ ਦੋ ਨਾ ਐਵੇਂ ਕਰਕੇ ਕਿ ਹਾਂ ਸਾਡੇ ਘਰ ਦੇ ਸਾਹਮਣੇ ਜਿਹੜਾ ਫਲਾਈਓਵਰ ਨਿਕਲਦਾ ਹੈ ਉਹਦੇ ਥੱਲੇ ਜਿਹੜਾ ਨਿੱਜਰ ਚੌਂਕ ਆਂਦਾ ਹੈ ਨਿੱਜਰ ਚੌਂਕ ਤੋਂ ਪਰਲੇ ਪਾਸੇ ਜਿਹੜਾ ਪੰਪਾਂ ਦਾ ਹੈ ਉਹ ਤੋਂ ਥੋੜਾ ਅਗਾਹਾਂ ਚੱਲ ਕੇ ਬੈਂਡ ਵਾਜਣ ਵਾਲੀ ਲਗਾਣਾ ਉੱਥੇ ਹੈ ਜੀ ਆਪਣਾ ਹੈ ਨਾ ਉਹ ਉੱਥੇ ਆਪਣਾ ਘਰ ਹੈ ਇਦਾਂ ਦੱਸ ਦੋ ਜ਼ਿਆਦਾ ਵਧੀਆ ਲੱਗੇਗਾ ਜਾਂ ਨਹੀਂ ਐਵੇਂ ਨਹੀਂ ਦੱਸਣਾ ਫੇਰ ਐਵੇਂ ਦੱਸ ਦੋ ਪੁਲ ਦੇ ਥੱਲੇ ਜਿਹੜਾ ਚੌਂਕ ਹੈ ਜੀ ਠੀਕ ਹੈ ਬੱਸ ਸਟੈਂਡ ਬਣਿਆ ਹੋਇਆ ਪੈਟਰੋਲ ਪੰਪ ਦੇ ਸਾਹਮਣੇ ਜਿਹੜੀ ਗਲੀ ਜਾਂਦੀ ਹੈ ਜਿੱਥੇ ਨਾਲ ਕਾਫੀਸ਼ੀਅਨਟਰੀ ਹਾਊਸ ਹੈ ਨਾ ਜਿੱਥੇ ਥਾਲੀਆਂ थोड़ा सीरियसली करो यार हम्म ठीक है जी अभी गल ठीक है शिवम मेरा परा टल जा टल जा अगला क्वेश्चन देखो जी अगला क्वेश्चन किया बड़ा सोहना है क्वेश्चन है सिंपल क्वेश्चन है बेसिक क्वेश्चन है लेकिन वन ऑफ द मोस्ट इंपॉर्टेंट क्वेश्चन है सिंबल ऑफ़ 1857 इंडिपेंडेंस की होंगे लोटस चपाती ईगल फिर टू स्वाड की होगा आंसर हिमांशु ओगल सच सी मेरा भरा ਚਾ ਚੰਨੀ ਤਾਂ ਮੈਂ ਬੋਲਦਾ ਭੂਆ ਦਾ ਮੁੰਡਾ ਹੁੰਦਾ ਹੈ ਨਾ ਚੰਨੀ ਤਾਂ ਖਰੜ ਦਾ ਸਾਡੇ ਦਾ ਹੈ ਨਾ ਸਾਰੇ ਨੇ ਲੈਕ ਬਲੈਕ ਲੋਟਸ ਐਂਡ ਚਪਾਤੀ ਜੀ ਲੋਟਸ ਐਂਡ ਚਪਾਤੀ ਕੀ ਹੁੰਦਾ ਸਿੰਬਲ ਹੁੰਦਾ 1857 ਦੇ ਰਿਵੋਲਟ ਦਾ ਜਦ ਕਿ ਐਨ ਏ ਸੀ ਐਲ ਸਿੰਬਲ ਹੁੰਦਾ ਜੀ ਕਿ ਇਸ ਦਾ ਸੀ ਡੀ ਐਮ ਦਾ ਹੁੰਦਾ ਹੈ ਖਾਦੀ ਤੇ ਚਰਖਾ ਇਹ ਸਿੰਬਲ ਹੁੰਦਾ ਜੀ ਐਨਸੀਐਮ ਦਾ ਆ ਗੱਲ ਵੀ ਯਾਦ ਰੱਖਿਓ ਇਹ ਵੀ ਕੁਐਸ਼ਨ ਪੁੱਛੇ ਜਾਂਦੇ ਨੇ ਇਹ ਸਾਰੇ ਪੁਆਇੰਟ ਤੁਸੀਂ ਯਾਦ ਰੱਖਣੇ ਠੀਕ ਹੈ ਚਲੋ ਜੀ ਚਲੋ ਜੀ ਹੁਣ ਕੈਪਟਨ ਸਾਹਿਬ ਆਪ ਮੂਰੇ ਹੋਏ ਨੇ ਭੁਪਿੰਦਰ ਹੁਣੀ ਹੁਣ ਆਪ ਮੂਰੇ ਹੋਏ ਨੇ ਠੀਕ ਹੈ ਕੋਇਲ ਸਾਹਿਬ ਹੁਣ ਆਪ ਮੂਰੇ ਹੋ ਕੇ ਗਹਿਰੇ ਨੇ ਠੀਕ ਹੈ ਹੁਣ ਪੜ ਲਓ ਠੀਕ ਹੈ ਮੇਰੀ ਗੱਲ ਤਾਂ ਨਹੀਂ ਮੰਨੀ ਕੋਇਲ ਸਾਹਿਬ ਦੀ ਗੱਲ ਮੰਨ ਲਓ ਹੁਣ ਚਲੋ ਜੀ ਕਲੀਅਰ ਅਗਲਾ ਕੁਐਸ਼ਨ ਦੇਖੋ ਅਗਲਾ ਕুইਕ ਕੁਐਸਚਨ ਕੀ ਕਹਿੰਦਾ ਬੜਾ ਸੋਹਣਾ ਨਾਮ ਹੈ ਬੰਦੇ ਦਾ ਕੀ ਕਹਿੰਦਾ ਦਾ ਰੀਅਲ ਨੇਮ ਆਫ ਵਿਚ ਵਨ ਆਫ ਦਾ ਫੋਲੋਇੰਗ ਲੀਡਰਸ ਆਫ 1857 ਵਾਸ RAMCHANDRAPANDURANG RAMCHANDRAPANDURANG ਕਿਸਦਾ ਅਸਲੀ ਨਾਮ ਹੁੰਦਾ ਕੋਵਰ ਸਿੰਘ ਤਾਂtheta ਟੋਪੇ ਨਾਨਾ ਸਹਾਵੀ ਜਾਂ ਫਿਰ ਮੰਗਲ ਪਾਂਡੇ ਕੀਦਾ ਅਸਲੀ ਨਾਮ ਜਿਹੜਾ ਸੀਗਾ ਉਹ ਇਹ ਹੋਏਗਾ ਦੈਟ ਇਜ਼ ਕਿਆ ਨਾਮ ਹੈ ਇਹਦਾ ਹਾਂ RAMCHANDRAPANDURANG ਨਾਮ ਹੈ ਕਿਸ ਦਾ ਨਾਮ ਹੋਏਗਾ ਕੋਚ ਸਾਹਿਬ ਆਪ ਮੂਰੇ ਹੋਏ ਨੇ ਹੈ ਗੱਲ ਕਿ ਨਹੀਂ ਕੋਤਸਾਬ ਲੱਸੀ ਘਰਾਤੀ ਥੋੜੇ ਜਿਹਾ ਵਾਕਾਂ ਨੇ ਕੋਤਸਾਬ ਲੱਸੀ ਘਰਾਤੀ ਤਾਂਤੇ ਢੋਪੇ ਬੱਚਾ ਬਿਲਕੁਲ ਠੀਕ ਹੈ ਜੀ ਤਾਂਥਿਆ ਟੋਪੇ ਦਾ ਨਾਮ ਹੀ ਇਹੀ ਹੁੰਦਾ ਹੈ ਗੱਲ ਯਾਦ ਰੱਖਿਓ ਇਸ ਦੇ ਇੱਕ ਫਰੈਂਡ ਨੇ ਇਹਨੂੰ ਬਿਟਰੇ ਕੀਤਾ ਸੀਗਾ ਠੀਕ ਹੈ ਪਹਿਲਾਂ ਇਹ ਨਾਨਾ ਸਾਹਿਬ ਨਾਲ ਸੀਗਾ ਉਸ ਤੋਂ ਬਾਅਦ ਚਾਂਸੀ ਲక్ష్ਮੀਬਾਈ ਨਾਲ ਹੋ ਕੇ ਗਿਆ ਜੀ ਸਭ ਤੋਂ ਲੰਬੇ ਟਾਈਮ ਤੱਕ ਇਸ ਬੰਦੇ ਨੇ ਰਿਵੋਲਟ ਜਾਰੀ ਰੱਖਿਆ ਸੀ ਗੱਲ ਯਾਦ ਰੱਖਣਾ ਜੀ ਆਰਾਮ ਤਨੂ ਪਾਂਡੇ ਬਿਲਕੁਲ ਤਾਂ ਸਿੰਦਾ ਮੈਂ ਵੀ ਸੋਚਿਆ ਕਿੱਥੇ ਵਗਿਆ ਚਲੋ ਇਹ ਚੋੜੀ ਮੈਂ ਕਹਿੰਦਾ ਡਾਇਰੈਕਟਰੀ ਕਹ ਲੋ ਯਾਰ ਡਾਇਰੈਕਟਰ ਹੈ ਚਲ ਠੀਕ ਹੈ ਚੋੜੀ ਵੀ ਠੀਕ ਹੈ थैंक यू ਸੋ ਮਚ ਮਨੇਪਰਾ ਚਲੋ ਜੀ ਬਿਟਰੇ ਕਿਨੇ ਕੀਤਾ ਸੀ ਮਾਨ ਸਿੰਘ ਨੇ ਇਹਨਾਂ ਨੂੰ ਬਿਟਰੇ ਕੀਤਾ ਸੀ ਇਹ ਗੱਲ ਯਾਦ ਰੱਖਣਾ ਜੀ ਮਾਨ ਸਿੰਘ ਨੇ ਕੀ ਕੀਤਾ ਸੀ ਇਹ ਬਿਟਰੇ ਮਤਲਬ ਧੋਖਾ ਦਿੱਤਾ ਸੀ ਇਹਨਾਂ ਨੂੰ ਆ ਗੱਲ ਯਾਦ ਰੱਖਿਓ ਠੀਕ ਹੈ ਇੱਕ ਗੱਲ ਜਿਹੜੀ ਮੈਂ ਤੁਹਾਨੂੰ ਜ਼ਰੂਰ ਦੱਸ ਦਵਾਂ ਜਿਵੇਂ ਆਪਾਂ ਦੇਖਦੇ ਹੁੰਦੇ ਆ ਬਾਲੀ ਬਾਰ ਅ观察 ਕੀਤਾ ਜਾਂਦਾ ਹੈ ਕਿ ਜਦੋਂ ਪੇਪਰ ਨੇੜੇ ਆਉਂਦੇ ਹਨ ਨਾ ਸਾਰੇ ਬੱਚੇ ਦੱਬ ਕੇ ਦੱਬ ਕੇ ਮਿਹਨਤ ਕਰਨ ਲੱਗ ਪੈਂਦੇ ਆ। ਭਾਈ ਸ਼ੁਰੂ ਤੋਂ ਦੱਬ ਕੇ ਮਿਹਨਤ ਕਰਿਆ ਕਰੋ ਤਾਂ ਉਸ ਟਾਈਮ ਵੀ ਤੁਹਾਨੂੰ ਇੱਕੋ ਫਲੋ ਚ ਕਰਨਾ ਪੈਣਾ ਹੈ ਕੰਮ ਠੀਕ ਹੈ। ਚਲੋ ਜੀ। ਅਗਲਾ ਕੁਐਸਚਨ ਦੇਖੋ ਜੀ। ਹੁਣ ਸਾਰਿਆਂ ਨੇ ਬਤਲ ਲੱਗ ਗਿਆ ਕਿ ਪੇਪਰ ਹੋਵੇ ਕੈਨਸਲ ਹੁਣ ਪੜ੍ਹਨ ਦਾ ਕੀ ਫਾਇਦਾ ਹੈ? ਹੁਣ ਤਾਂ ਉਦੋਂ ਪੜਾਂਗੇ ਜਦੋਂ ਪੇਪਰਾਂ ਦੀ ਵਾਰੀ ਆਏਗੀ ਫਿਰ ਫਿਰ ਇਹ ਹੋਣਾ ਹੈ। بس ਜੇ ਇਕਦਮੀ ਨਾ ਹੋਰ ਮਿਲਦਾ ਨਾ ਫਿਰ ਤਾਂ ਤੇਰੇ ਬਾਈ ਨੇ ਗੱਡ ਕੇ ਆਣੇ ਸੀ ਪੂਰੇ ਘਰ ਮੈਂ ਹੁਣ ਮਿਲ ਗਏ ਤੈਨਕੇ ਤਿੰਨ ਮਹੀਨੇ ਮਿਲ ਗਏ ਹਰ ਚੀਜ਼ ਸਹੀ 네ਗੇਟਿਵ ਚ ਵੀ ਪੋਜ਼ਿਟਿਵ ਕਰਨਾ ਸਿੱਖੋ ਜ਼ਿੰਦਗੀ ਆਸਾਨ ਹੈ ਠੀਕ ਹੈ ਕੀ ਕਹਿੰਦਾ ਹੂ ਵਾਸ ਦਾ ਕੰਪੋਜ਼ਰ ਆਫ ਦਾ Song ਵੰਦੇ ਮਾਤਰਮ ਵੰਦੇ ਮਾਤਰਮ ਕਿਹਨੇ ਲਿਖਿਆ ਸੀਗਾ ਰਵਿੰਦਰਨਾਥ ਟੈਗੋਰ ਰਾਮਧਾਰੀ ਸਿੰਘ ਦਿਨਕਰ ਸ੍ਰੀਵਲੀ ਨਾਇਡੂ ਜਾਂ ਫਿਰ ਬੈਂਕਮ ਚੰਦਰ ਚਾਟਰਜੀ ਕਿਸ ਨੇ ਲਿਖਿਆ ਸੀ ਬੜਾ ਸੌਖਾਏ ਕੁਐਸਚਨ ਹੈ ਬੜਾ ਸੌਖਾਏ ਕੁਐਸਚਨ ਹੈ ਬਿਲਕੁਲ ਜੀ ਬੈਂਕਿਮ ਚੰਦਰ ਚਟੜਜੀ ਦਾ ਲਿਖਿਆ ਹੋਇਆ ਇਹ ਗੀਤ ਬੰਦੇ ਮਾਤਰਮ ਹੈ ਆ ਗੱਲ ਯਾਦ ਰੱਖਿਓ ਜਿਸ ਨੂੰ ਪਹਿਲੀ ਵਾਰ 1896 ਕੋਲਕਾਤਾ ਦੀ ਸਭਾ ਵਿੱਚ ਗਾਇਆ ਗਿਆ ਸੀਗਾ ਇਹ ਗੱਲ ਯਾਦ ਰੱਖਿਓ ਆਰ ਐਮ ਸਿਆਣੀ ਕਾਂਗਰਸ ਦੇ ਕਾਂਗਰਸ ਦੇ ਅਦਿਵੇਸ਼ਣ ਦੇ ਵਿੱਚ ਗਿਆ ਸੀਗਾ ਆਰ ਐਮ ਸਿਆਣੀ ਅਧਿਐਕਸ਼ ਸੀ ਕੋਸਟ ਟਾਈਮ ਪ੍ਰੈਜ਼ੀਡੈਂਟ ਸੀਗੇ ਆ ਗੱਲ ਯਾਦ ਰੱਖਣਾ ਜੀ ਰਾਮਧਾਰੀ ਸਿੰਘ ਦਿਨਕਰ ਦੀ ਆਪਾਂ ਗੱਲ ਕਰੀਏ ਇਹ ਸਾਡੇ ਰਾਸ਼ਟ ਕਵੀਆ ਵਿੱਚੋਂ ਇੱਕ ਗਿਣੇ ਜਾਂਦੇ ਨੇ ਆ ਗੱਲ ਯਾਦ ਰੱਖਣੀ ਆ ਰਵਿੰਦਰ ਨਾਥ ਟੈਗੋਰ ਦੱਸਣ ਦੀ ਮੈਨੂੰ ਲੋੜ ਹੀ ਨਹੀਂ ਹੈਗੀ ਹੈਨਾ ਕਿ ਕੀ ਨੇ ਉਹ ਉਹ ਕੀ ਬਾਦਸ਼ਾਹ ਨੇ ਹੋ ਹੈ ਨਾ ਸਰੋਰੀ ਨਾਇਡੂ ਨਾਈਟਿੰਗਲ ਆਫ ਇੰਡੀਆ ਆਪਾਂ ਸਾਰੇ ਜਾਣਦੇ ਆ ਉਹਨਾਂ ਬਾਰੇ ਠੀਕ ਹੈ ਇਹ ਸਾਰੀ ਗੱਲਾਂ ਤੁਸੀਂ ਯਾਦ ਰੱਖਣੀਆਂ ਨੇ ਧਿਆਨ ਵਿੱਚ ਰੱਖਣੀਆਂ ਨੇ ਸਾਰੀ ਗੱਲਾਂ yes ਅਗਲਾ ਕੁਐਸਚਨ ਕੀ ਕਹਿੰਦਾ ਹੈ ਫਰੇਜ਼ੀ ਮੂਵਮੈਂਟ ਦੀ ਆਪਾਂ ਗੱਲ ਕਰ ਰਹੇ ਹਾਂ ਫਰੇਜ਼ੀ ਮੂਵਮੈਂਟ ਇੱਥੇ ਇੱਕ ਹੋਰ ਕੁਐਸਚਨ ਵੀ ਬਣਾਵਾਂਗੇ ਆਪਾਂ ਠੀਕ ਹੈ फरेजी मूवमेंट का लीडर कौन सी गा? आगा मुहम्मद रजा दद्दू मिया शमशेर गाजी वजीर अली कौन सी हम आंसर दो जी ਨੀ ਪਿੱਛੇ ਰਹਿ ਗਏ ਸੀ ਪਰ ਰੰਦਾਵਾ ਸਾਹਿਬ ਨੂੰ ਗੁੱਡ ਮਾਰਨਿੰਗ ਵਿਸ਼ ਗੁੱਡ ਈਵਨਿੰਗ ਵਿਸ਼ ਕਰਨ ਤੋਂ ਕਰੋ 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 ਇਹ ਠੀਕ ਹੈ ਹੁਣ ਬਣੀ ਨਾ ਗੱਲ ਆਇਆ ਅਬ ਆਇਆ ਨਾ ਉਂਡ ਪਹਾੜ ਦੇ نیچے ਠੀਕ ਹੈ ਆਗਾ ਮੁਹੰਮਦ ਰਜ਼ਾ ਗਲਤ ਹੈ ਦਦੂ মিয়া ਦਦੂ মিয়া ਫਰੇਜ਼ੀ ਮੂਵਮੈਂਟ ਦੇ ਨਾਲ ਹੁੰਦਾ ਜੀ ਬੇਸਿਕਲੀ ਈਸਟ ਬੰਗਾਲ ਦੇ ਵਿੱਚ ਪੀਜ਼ਨਸ ਦਾ ਇਹਨਾਂ ਨੇ ਮੁੱਦਾ ਚੱਕਿਆ ਸੀਗਾ ਪਲੱਸ ਰਿਲੀਜੀਅਸ ਇਸਲਾਮਿਕ ਰਿਲੀਜੀਅਸ ਇਸ਼ੂਸ ਵੀ ਇਹਨਾਂ ਨੇ ਚੱਕੇ ਸੀਗੇ ਇਸ ਤੋਂ ਬਾਅਦ ਇਹਨਾਂ ਦਾ ਮੁੰਡਾ ਜਿਹੜਾ ਹੁੰਦਾ ਹੈ ਉਹ ਕਿਸੇ ਗੰਮ ਦਾ ਨਹੀਂ ਹੁੰਦਾ ਇਸ ਕਰਕੇ ਅੱਗੇ ਚੱਲ ਕੇ ਇਹਨੂੰ ਵਾਹABI ਮੂਵਮੈਂਟ ਦੇ ਨਾਲ ਮਰਜ ਕਰ ਲਿਆ ਜਾਂਦਾ ਹੈ ਆ ਗੱਲ ਯਾਦ ਰੱਖਿਓ ਜੀ ਠੀਕ ਹੈ ਹੁਣ ਇਸਲਾਮਿਕ ਮੂਵਮੈਂਟ ਕਿਹੜੀ-ਕਿਹੜੀਆਂ ਨੇ ਆਪਣੇ ਕੋਲ अहमदिया मूवमेंट ठीक है अलीगढ़ मूवमेंट फरेजी वहाबी देवबंद ठीक है ये सारी मूवमेंट याद रखिया ने ठीक है जी चलो जी ये प्यारा प्यारा विद्यार्थी ना दुखी करेगा आप अगे चल के ਠੀਕ ਹੈ ਇਹ ਵੀ ਕਿਸ ਦਿਨ ਇਲਾਬਰੇਟ ਕਰਕੇ ਪੜ੍ਹਾਵਾਂਗਾ ਆਪਣੇ ਵਾਹਾਬੀ ਅਹਿਮਦੀਆ ਅਹਿਮਦੀ ਦਾ ਆਪਣੇ ਪੰਜਾਬ ਦੀ ਹੁੰਦੀ ਹੈ ਗੱਲ ਯਾਦ ਰੱਖਣਾ ਜੀ ਜੇ ਆਪਾਂ ਗੱਲ ਕਰੀਏ ਅ ਅਲੀਗੜ ਅਲੀਗੜ ਦੀ ਹੁੰਦੀ ਹੈ ਦਿਉਬੰਦ ਦਿਉਬੰਦੀ ਹੁੰਦੀ ਹੈ ਦਿਉਬੰਦ ਜੇ ਆਪਾਂ ਗੱਲ ਕਰੀਏ ਯੂਪੀ ਦੇ ਵਿੱਚ ਪੈਂਦਾ ਹੈ ਠੀਕ ਹੈ ਇਸਲਾਮਿਕ ਕੇਂਦਰ ਹੈ ਬੇਸਿਕਲੀ ਥਰੀ ਸਟਡੀ ਇਸਲਾਮਿਕ ਸਟਡੀਜ਼ ਵਾਸਤੇ ਪੂਰੀ ਦੁਨੀਆ ਦੇ ਲੋਕ ਜਿਹੜੇ ਹੈ ਇੱਥੇ ਪੜ੍ਹਨ ਵਾਸਤੇ ਆਉਂਦੇ ਨੇ ਦਿਉਬੰਦ ਵਿੱਚ ਪੜ੍ਹਨ ਵਾਸਤੇ ਆਉਂਦੇ ਨੇ ਆ ਗੱਲ ਯਾਦ ਰੱਖਿਓ ਠੀਕ ਹੈ ਚਲੋ ਜੀ ਅਵੈਰੀਫਾਈਡ ਟਿੱਕ ਵਾਲਾ ਹੈ ਨਾ ਚਲੋ ਜੀ ਕਾਦੀਆਂ ਪੰਜਾਬ ਦਾ ਹੁੰਦਾ ਹੈ ਕਾਦੀਆਂ ਗੁਰਦਾਸਪੁਰ ਕਾਦੀਆਂ ਹੈ ਸ਼ਾਇਦ ਆਂਬਰਸਰ ਸੇ ਹੈ ਯਾ ਗੁਰਦਾਸਪੁਰ ਦੋਨਾਂ ਵਿੱਚੋਂ ਕਿਤੇ ਇੱਕ ਹੈ ਗੁਰਦਾਸਪੁਰ ਕਾਦੀਆਂ ਹੈ ਸ਼ਾਇਦ ਹੈ ਨਾ ਗੁਰਦਾਸਪੁਰ ਕਾਦੀਆਂ ਹੈ ਚਲੋ ਜੀ ਅਗਲਾ ਕੁਐਸਚਨ ਦੇਖੋ ਜੀ ਅਗਲਾ ਕੁਐਸਚਨ ਕੀ ਕਹਿੰਦਾ ਹੈ ਦਾ ਵਰਡ ਆਦੀਵਾਸੀ ਦਾ ਵਰਡ ਬਰਡ ਨਹੀਂ ਦਾ ਵਰਡ ਸ਼ਬਦ ਜਿਹੜਾ ਸੀਗਾ ਆਦੀਵਾਸੀ ਦਾ ਇਹ ਕਿਨੇ ਕੋਇਨ ਕੀਤਾ ਸੀ ठीक है एक कोई किने की किया की महात्मा गांधी ठक्कर बापा ज्योतिबा फुले बी आर अंबेडकर दसो की आंसर होएगा लॉजिकल आंसर देना आंसर बड़ा आसान हो जाएगा जी रणजीत सिंह जी सताल मेरा परा गुरदासपुर अपने कदिया च है थे ना ਗੁਰਦਾਸਪੁਰ ਕਾਦੀਆ ਮੇਰੇ ਨਾਲ ਇੱਕ ਬੰਦਾ ਹੁੰਦਾ ਸੀਗਾ ਤਾਂ ਮੈਨੂੰ ਥੋੜਾ ਬਹੁਤ ਯਾਦ ਹੈ ਕਿ ਗੁਰਦਾਸਪੁਰ ਛੇ ਮੈਨੂੰ ਕਨਫਿਊਜ਼ਨ ਸੀ ਕਿ ਕਾਦੀਆ ਛੇ ਕਿ ਅੰਬਰਸਰ ਛੇ ਠੀਕ ਹੈ ਜੇ ਆਪਾਂ ਗੱਲ ਕਰੀਏ ਜੀ ਠੱਕਰ ਪੱਪਾ ਨੇ ਆਹ ਸ਼ਬਦ ਕੋਇਨ ਕੀਤਾ ਸੀ ਠੀਕ ਜੋਤੀਬਾ ਫੁੱਲੇ ਜੇ ਆਪਾਂ ਗੱਲ ਕਰੀਏ ਤਾਂ ਕਾਸਟ ਦੇ ਮਾਲੀ ਸੀਗੇ ਯਾਦ ਰੱਖਣਾ ਇਹਨਾਂ ਦਾ ਸਬੰਧ ਮਲਹਾਰ ਮੂਵਮੈਂਟ ਨਾਲ ਜਾਂਦਾ ਹੈ ਇਨ ਦਾ ਸਬੰਧ ਕਿਸ ਦੇ ਨਾਲ ਜਾਂਦਾ ਦੱਸਣਾ ਹੈ ਕੁੜੀ ਕਿਹੜੀ ਸੁਸਾਇਟੀ ਨਾਲ ਇਹਦਾ ਸਬੰਧ ਜਾਂਦਾ ਹੈ ਗੱਲ ਯਾਦ ਰੱਖਣਾ ਮਹਾਤਮਾ ਗਾਂਧੀ ਨੇ ਦਲਿਤ ਤੇ ਅਤੀ ਦਲਿਤ ਦਲਿਤ ਵਾਸਤੇ ਇੱਕ ਸ਼ਬਦ ਕੋਇਨ ਕੀਤਾ ਸੀ ਜਿਸ ਦਾ ਨਾਮ ਆਂਦਾ ਹੈ ਕੀ ਕਹਿੰਦੇ ਆਪਾਂ ਨੂੰ ਹਰੀ ਜਨ ਕਹਿੰਦੇ ਹਾਂ ਆਗਲੇ ਯਾਦ ਰੱਖਣਾ ਠੀਕ ਹੈ ਯਾਦ ਰੱਖਿਓ ਸਭ ਕੁਝ ਸਾਬਿਤਰੀ ਵਾ ਫੂਲੇ ਠੀਕ ਹੈ ਬਿਲਕੁਲ ਇਹਨਾਂ ਦੀ ਧਰਮ ਪਤਨੀ ਜਿਹੜੀ ਹੁੰਦੀ ਹੈ ਉਹ ਫਰਸਟ ਲੇਡੀ ਟੀਚਰ ਜਾਂ ਫੀਮੇਲ ਟੀਚਰ ਦੇ ਰੂਪ ਵਿੱਚ ਜਾਣੀ ਜਾਂਦੀ ਹੈ ਇਹ ਵੀ ਗੱਲ ਯਾਦ ਰੱਖਣਾ ਠੀਕ ਹੈ ਪਿਛਲੇ ਤੋਂ ਪਿਛਲੇ ਮਹੀਨੇ ਉਹਨੇ ਦੀ ਬਰਥ ਐਨੀਵਰਸਰੀ ਸੀਗੀ ਠੀਕ ਹੈ ਤਾਂ ਦੱਸਿਆ ਵੀ ਇਹ ਸੀਗਾ ਉਹਦੇ ਬਾਅਦ ਸੱਤਿ ਸ਼ੋਧਕ ਸਮਾਜ ਠੀਕ ਹੈ ਕਿੱਥੇ ਗਿਆ ਸੱਤਿ ਸ਼ੋਧਕ ਸਮਾਜ ਸੀਗਾ ਜੀ ਗੱਲ ਯਾਦ ਰੱਖਿਓ ਜੀ ਠੀਕ ਹੈ ਚਲੋ ਜੀ ਬਹੁਤ ਵਧੀਆ ਮੈਡੀਟੇਸ਼ਨਲ ਕ੍ਰੀਏਸ਼ਨ ਸਾਵਿਤਰੀ ਬਾਈ ਫੂਲੇ ਦਾ ਹਸਬੰਡ ਮੇਰਾ ਭਰਾ ਬਿਲਕੁਲ ਠੀਕ ਹੈ ਅਗਲਾ ਕੁਐਸਚਨ ਦੇਖੋ ਜੀ ਆਪਾਂ ਗੱਲ ਕਰੀਏ ਫਰਸਟ ਸੰਸਕ੍ਰਿਤ ਮਹਾਵਿਦਿਆਲੇ ਵਾਰਾਣਸੀ ਵਿੱਚ ਕਿਸ ਨੇ ਸਥਾਪਿਤ ਕੀਤਾ ਸੀ ਫਰਸਟ ਸੰਸਕ੍ਰਿਤ ਮਹਾਵਿਦਿਆਲੇ ਕਿਸ ਨੇ ਸਟਾਰਟ ਕੀਤਾ ਸੀ ਹਾਂ ਇੱਕ ਚੀਜ਼ ਜਿਹੜੀ ਹੋਰ ਜਾਣਕਾਰੀ ਹੈ ਦੇਖ ਲਓ ਸਵੇਰੇ 9 ਵਜੇ ਪੋਲਿਟੀ ਜੇ ਟੂ ਬੀ ਵੈਰੀ ਪ੍ਰੈਸਾਈਜ਼ ਕਮਾ ਸਵਾ 9 ਵਜੇ ਆਪਣੀ ਸਵੇਰੇ ਪੋਲਿਟੀ ਦੀ ਕਲਾਸ ਨੂੰ ਸ਼ਿਫਟ ਹੋ ਚੁੱਕੀ ਹੈ ਆ ਵੀ ਗੱਲ ਯਾਦ ਰੱਖਿਓ ਤੇ 8 ਵਜੇ ਤਾਂ ਆਪਣਾ ਆਥਣ ਨੂੰ ਇਹ ਵਾਲਾ ਸੈਸ਼ਨ ਕਰਦੇ ਕਰਦੇ ਆ ਜੀ ਬੀ ਵਰਣ ਹੇਸਟਿੰਗ ਵਰਣ ਹੇਸਟਿੰਗ ਕਿੱਥੇ ਆਏਗਾ ਮੇਰਾ ਭਰਾ ਬਾਦਸ਼ਾਹ ਨਹੀਂ ਚਲੋ ਜੀ ਜੇ ਆਪਾਂ ਗੱਲ ਕਰੀਏ ਜੌਨਾਥਨ ਨੇ ਕੀ ਕੀਤਾ ਸੀ ਜੌਨਾਥਨ ਡੰਗਨ ਨੇ ਜੇ ਗੱਲ ਕਰੀਏ ਸੰਸਕ੍ਰਿਤ ਕਾਲਜ ਬਾਰਾਨਸੀ ਦੇ ਵਿੱਚ ਸਥਾਪਿਤ ਕੀਤਾ ਸੀ ਬਾਰਾਨਸੀ ਸ਼ਬਦ ਜੋ ਹੈ ਦੋ ਨਦੀਆਂ ਦੇ ਸੰਗਮ ਨਾਲ ਬਣਿਆ ਹੈ ਵਰਣ ਤੇ ਅਸੀ ਦੇ ਨਾਮ ਤੋਂ ਬਣਿਆ ਹੋਇਆ ਹੈ ਏਅਰਪੋਰਟ ਦਾ ਨਾਮ ਕੀ ਹੈ ਲਾਲ ਬਹਾਦਰ ਸ਼ਾਹੀ ਏਅਰਪੋਰਟ ਪਏਗਾ ਆਗਲ ਯਾਦ ਰੱਖਿਓ ਲਾਰਡ ਮੈਕਕੋਲੇ ਦੀ ਆਪਾਂ ਗੱਲ ਕਰੀਏ ਜੀ ਮੋਰਲ ਨਹੀਂ ਹੈਗਾ ਲਾਰਡ ਮੈਕਕੋਲੇ ਦੀ ਆਪਾਂ ਗੱਲ ਕਰੀਏ ਤਾਂ ਬੇਸਿਕਲੀ ਨਾ ਨਾਮ ਕਿਹ ਨਾਲ ਜੁੜਦਾ ਹੈ ਜੀ ਮੈਕਕੋਲੇ ਮਿਨਟ ਦੇ ਨਾਲ 1835 ਨਾਲ ਜੁੜਦਾ ਹੈ ਵਾਰਨ ਹੈਸਟਿੰਗ ਦਾ ਕਿਸ ਨਾਲ ਨਾਮ ਜੁੜੇਗਾ ਜੀ ਆਹ ਗੱਲ ਦੱਸ ਦਿਓ ਇੱਕ ਵਾਰੀ ਵਾਰਨ ਹੈਸਟਿੰਗ ਕੀ ਬਣੇ ਸੀ ਇਹ ਬੰਗਾਲ ਦੇ ਪਹਿਲੇ ਕੀ ਬਣੇ ਸੀਗੇ ਠੀਕ ਹੈ ਆਹ ਦੱਸ ਦੇਣਾ ਇੱਕ ਵਾਰੀ ਅਗਲਾ ਕੁਐਸਚਨ ਦੇਖੋ ਜੀ ਅਗਲਾ ਕੀ ਕਹਿੰਦਾ ਹੈ ਡੂਰਿੰਗ ਦਾ ਇੰਡੀਆਜ਼ ਕਲੋਨੀਅਲ ਪੀਰੀਅਡ ਦਾ ਥਿਉਰੀ ਆਫ ਡਾਊਨਵਰਡ ਫਿਲਟਰੇਸ਼ਨ ਵਾਸ ਰਿਲੇਟਡ ਟ ਡਾਊਨਵਰਡ ਫਿਲਟਰੇਸ਼ਨ ਹੋਣੇ ਦੱਸ ਕੇ ਹਟਿਆ ਕਿ ਇਹ ਮੈਕਲੇਮ ਮਿਨਟ ਕਮੇਟੀ ਦੇ ਨਾਲ ਜੁੜਦੀ ਹੈ ਜਿਸ ਵਿੱਚ ਸਿਰਫ ਹਾਇਰ ਕਲਾਸਸ ਮਤਲਬ ਵੱਡੀਆਂ ਕਲਾਸਾਂ ਨੂੰ ਤੇ ਪੈਸਾ ਖਰਚ ਕਰਨ ਦੀ ਗੁਜ਼ਾਰਿਸ਼ ਕੀਤੀ ਗਈ ਸੀ ਤੇ ਥੱਲੜੀਆਂ ਛੋਟੀਆਂ ਕਲਾਸਾਂ ਐਲੀਮੈਂਟਰੀਜ਼ ਕਲਾਸੇਜ਼ ਜਾਂ ਫਿਰ ਸੈਕੰਡਰੀ ਕਲਾਸੇਜ਼ ਤੇ ਪੈਸਾ ਖਰਚ ਕਰਨ ਵਾਸਤੇ ਮਨਾ ਕੀਤਾ ਗਿਆ ਸੀ ਇਸ ਕਰਕੇ ਇਹ ਡਾਊਨ ਵੋਲਟ ਫਿਲਟਰੇਸ਼ਨ ਥਿਊਰੀ ਦੇ ਸੰਬੰਧ ਐਜੂਕੇਸ਼ਨ ਨਾਲ ਜਾਂ ਫਿਰ ਮੈਕਾਲੇ ਮੈਕੂਲੇ ਕਮੇਟੀ ਨਾਲ ਕੀਤਾ ਗਿਆ ਸੀਗਾ ਆ ਗੱਲ ਯਾਦ ਰੱਖਿਆ ਤੁਸੀਂ ਠੀਕ ਹੈ ਜੀ ਚਲੋ ਜੀ ਗਵਰਨਰ ਜਨਰਲ ਆਫ बंगाल ठीक है जी चलो जी पॉवर्टी फॉलो निकिता बंसल एजुकेशन यार एजुकेशन मैं دسਿਆ تھا ਡਾਉਨਵਰਡ ਫਿਲਟਰੇਸ਼ਨ ਮੈਕੂਲੇਮਨਟ ਦੱਸਤਾ ਤਾਂ ਮੈਕੂਲੇਮਨਟ ਅਲਟੀਮੇਟਲੀ ਕਿਸ ਨਾਲ ਹੈ ਐਜੂਕੇਸ਼ਨ ਨਾਲ ਸੰਬੰਧਿਤ ਆਪਣੇ ਠੀਕ ਹੈ ਜੀ ਉਹ ਵੀ ਥੋੜਾ ਲੌਜੀਕ ਲਗਾਉਣਾ ਸਿੱਖੋ ਨਾ ਲੌਜੀਕ ਲਗਾਉਣਾ ਵੀ ਸਿੱਖੋ ਥੋੜਾ ਜਿਹਾ ਠੀਕ ਚਲੋ ਜੀ ਅਗਲਾ ਕੁਐਸਚਨ ਦੇਖੋ ਜੀ ਮਰਾਠੀ ਫੋਰਟ ਨਾਈਟਲੀ ਜੇ ਆਪਾਂ ਗੱਲ ਕਰੀਏ ਬਹਿਸ਼ਕ੍ਰਿਤ ਭਾਰਤ ਬੇਸਿਕਲੀ ਇਹ ਮਰਾਠੀ ਦਾ ਇੱਕ ਸਮਾਚਾਰ ਬੱਤਰ ਹੈ ਬਹਿਸ਼ਕ੍ਰਿਤ ਭਾਰਤ ਇੱਕ ਕਿਨੇ ਸਟਾਰਟ ਕੀਤਾ ਸੀਗਾ ਠੀਕ ਹੈ ਬੀਜੀ ਤਿਲਕ ਹੈ ਸਾਡੇ ਕੋਲ ਬੀ ਆਰ ਅੰਬੇਦਕਰ ਸਾਹਿਬ ਨੇ ਵੀਰ ਦਾ ਮੋਦਸਾ ਵਰਖਰ ਜਿਨ੍ਹਾਂ ਨੇ ਪੂਰਾ ਇਤਿਹਾਸ ਲਿਖਿਆ ਸੀਗਾ ਆਪਣੇ ਸਿਲਵਰ ਜੇਲ ਪੋਰਟ ਬਲੇਡ ਦੇ ਵਿੱਚ ਗੋਪਾਲ ਕ੍ਰਿਸ਼ਨ ਗੂਖਲੇ ਸਾਹਿਬ ਨੇ ਕੌਣ ਹੋਏਗਾ ਦੱਸ ਦਿਓ ਇੱਕ ਵਾਰੀ ਸੋਮਨ ਵੰਸਲ ਮੇਰਾ ਭਰਾ ਲੌਜਿਕ ਲਗਾਓ ਬਹਿਸ਼ਕ੍ਰਿਤ ਭਾਰਤ ਬਹਿਸ਼ਕ੍ਰਿਤ ਕਿਹਨਾਂ ਨੂੰ ਕੀਤਾ ਗਿਆ ਸੀਗਾ ਦਲਿਤ ਨੂੰ ਕੀਤਾ ਗਿਆ ਸੀਗਾ ਹੋ ਦਲਿਤ ਇਹਨਾਂ ਵਿੱਚੋਂ ਤਿਲਕ ਖੁਦ ਬ੍ਰਾਹਮਣ ਸੀਗੇ ਸਵਰਕ ਸਾਹਿਬ ਬ੍ਰਾਹਮਣ ਸੀਗੇ ਗੋਪਾਲ ਕ੍ਰਿਸ਼ਨ ਗੋਖਲੇ ਨਾ ਮੈਨੂੰ ਕਨਫਰਮ ਨਹੀਂ ਕਿ ਬ੍ਰਾਹਮਣ ਹੈਗੇ ਸੀ ਨਹੀਂ ਤੇ ਅਨਸਰ ਆਇਆ ਬੱਚੇ ਬੀ ਆਰ ਅੰਬੇਡਕਰ ਆਏਗਾ ਆਗਲ ਯਾਦ ਰੱਖਣਾ ਠੀਕ ਹੈ ਆਪਣੇ 3 ਲੱਖ ਫੋਲੋਅਰਸ ਦੇ ਨਾਲ ਬੁੱਧਸਮਧਰਨ ਅਪਣਾਉਣੇ ਵਾਲੇ ਇਹ ਉਹ ਸ਼ਖਸ ਹੁੰਦਾ ਹੈ ਠੀਕ ਹੈ ਜੀ ਕ੍ਰੀਏਸ਼ਨਲ ਮਾਈਂਡਸ ਠੀਕ ਹੈ ਬਹੁਤ ਵਧੀਆ ਜੀ ਬੀ ਆਰ ਅੰਬੇਡਕਰ ਕੋਲਾਪੁਰ ਦੇ ਰਾਜਾ ਸਾਹੋ ਮਹਾਰਾਜ ਨੇ ਇਹਨਾਂ ਨੂੰ ਇੰਗਲੈਂਡ ਭੜਨ ਵਾਸਤੇ ਵੀ ਭੇਜਿਆ ਸੀਗਾ ਆ ਵੀ ਗੱਲ ਤੁਸੀਂ ਯਾਦ ਰੱਖਣੀ ਹੈ ਇੰਪੋਰਟੈਂਟ ਬਣਦੀ ਹੈ ਆਪਣੇ ਲਈ ਠੀਕ ਹੈ ਜੀ ਚਲੋ ਅਗਲੀ ਚੀਜ਼ ਜਿਹੜੀ ਆ ਜਾਂਦੀ ਹੈ ਅਗਲਾ ਕੁਐਸਚਨ ਜਿਹੜਾ ਬਣਦਾ ਹੈ ਸਾਡੇ ਨਾਲ ਉਹ ਬਣਦਾ ਹੈ ਜੀ ਇਸ ਚੀਜ਼ ਦੇ ਨਾਲ ਸਵਾਮੀ ਵਿਵੇਕਾਨੰਦ ਨੇ ਵਰਲਡ ਰਿਲੀਜੀਅਸ ਕਾਨਫਰੰਸ ਤੇ ਕਦੋਂ ਸ਼ਿਕਾਗੋ ਦੇ ਵਿੱਚ ਠੀਕ ਹੈ ਪੁਆਇੰਟ ਸਾਰੇ ਯਾਦ ਰੱਖਣੇ ਨੇ ਆਪਾਂ ਨੇ तिरहठ बि स्पीच दी बानवे चरानवे या फिर तिरानवे करो दिता कर, जी, कर, जी भीम राव अंबेडकर भीम राव राम जी अंबेडकर ना पूरा नाम होंगे जी भीम राव राम जी अंबेदकर इन्हों का पूरा नाम होंगे मराठिया ना इदा पूरे नाम होंगे है मराठी सी ना चलो जी जो गल कर ਅਗਲੀ ਚੀਜ਼ ਕੀ ਤਾਂ ਅਗਲੀ ਚੀਜ਼ ਬਿਲਕੁਲ ਸਿੰਪਲ ਜੀ ਹੈ 1879 ਦੇ ਵਿੱਚ ਆਪਣੀ ਸਪੀਚ ਦੀ ਓਪਨਿੰਗ ਲਾਈਨਸ ਦਿੰਦੇ ਆ ਮਾਈ ਬ੍ਰਦਰਸ ਐਂਡ ਸਿਸਟਰਸ ਆਫ ਅਮਰੀਕਾ ਦੇ ਨਾਲ ਆਪਣੀ ਸਪੀਚ ਦੀ ਸ਼ੁਰੂਆਤ ਕਰਦੇ ਆ ਉਸ ਤੋਂ ਬਾਅਦ ਸ਼ੁਰੂਆਤ ਹੋ ਜਾਂਦੀ ਹੈ ਕਿਸ ਦੀ ਵਿਦਾਂਤਾ ਸੋਸਾਇਟੀ ਦੀ ਸ਼ੁਰੂਆਤ ਹੋ ਜਾਂਦੀ ਹੈ ਅਕ੍ਰੋਸ ਨਾਰਥ ਅਮਰੀਕਾ ਐਂਡ ਯੂਰਪ ਜਿੱਥੇ ਇਹਨਾਂ ਨੂੰ ਇੱਕ ਫੀਮੇਲ ਫਾਲੋਅਰ ਮਿਲਦੀ ਹੈ ਜਿਸ ਦਾ ਨਾਮ ਹੁੰਦਾ ਮਾਰਗਰੇਟ ਨੋਬਲ ਜਿਸ ਨੂੰ ਇਹ ਨਾਮਕਰਨ ਕਰਦੇ ਨੇ ਇੰਡੀਅਨ ਨੇਮ ਦਿੰਦੇ ਨੇ ਕਿਆ ਨਾਮ ਦਾ ਸਿਸਟਰ ਨਿਵੇਦਿਤਾ ਦਾ ਨਾਮ ਦਿੱਤਾ ਜਾਂਦਾ ਹੈ ਸਨ 1902 ਦੇ ਵਿੱਚ ਇਹਨਾਂ ਦੀ ਮੌਤ ਹੋ ਗਈ ਸੀ ਇਸ ਰਾਮਕ੍ਰਿਸ਼ਨ ਮਿਸ਼ਨ ਤੇ ਮਠ ਦੇ ਇਸ ਸੰਸਥਾਪਕ ਵੀ ਹੈਗੇ ਸੀ ਆ ਸਾਰੀ ਗੱਲਾਂ ਤੁਸੀਂ ਯਾਦ ਰੱਖਣੀਆਂ ਨੇ ਠੀਕ ਹੈ ਜੀ ਇਹ ਸਾਰੇ ਪੁਆਇੰਟਸ ਇੰਪੋਰਟੈਂਟ ਨੇ ਬੇਸ਼ੱਕ ਇਹਦੇ ਨੋਟਸ ਬਣਾ ਕੇ ਰੱਖ ਲਓ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਹੈਗੀ ਠੀਕ ਹੈ ਸਿਸਟਮ ਨਿਵੇਦਿਤਾ ਅਗਲਾ ਕੁਐਸਚਨ ਦੇਖੋ ਜੀ ਫਰਸਟ ਸੁਸਾਇਟੀ ਫਾਊਂਡਡ ਬਾਈ ਰਾਜਾ ਰਾਮ ਮੋਹਨ ਰਾਏ ਬਿਲਕੁਲ ਸਿੰਪਲ ਜਿਹਾ ਆਂਸਰ ਨਿਕਲੇਗਾ ਆਤਮੇ ਸਭਾ ਸਨ 1800 15 ਜਿਹਦਾ ਅੱਗੇ ਚੱਲ ਕੇ ਸਭਾ ਦਾ ਨਾਮ ਬ੍ਰਹਮੋ ਸਭਾ ਬਣਿਆ ਬ੍ਰਹਮੋ ਸਮਾਜ ਤੇ ਬ੍ਰਹਮੋ ਸਮਾਜ 1828 ਦੇ ਵਿੱਚ ਬਣਿਆ ਸੀ ਗੱਲ ਯਾਦ ਰੱਖਿਓ ਰਾਜਾ ਦੀ ਵਿਦਾਦੀ ਇਹ ਤਾਂ ਐਨੀ ਵਾਰ ਕਰਵਾਤਾ ਹੋਇਆ ਕਿ ਅਕਬਰ ਟੂ ਨੇ ਦਿੱਤੀ ਸੀ ਗੱਲ ਯਾਦ ਰੱਖਿਓ ਬ੍ਰਿਸਟਲ ਇੰਗਲੈਂਡ ਦੇ ਵਿੱਚ ਇਹਨਾਂ ਦੀ ਮੌਤ ਹੋ ਜਾਂਦੀ ਹੈ ਆ ਵੀ ਗੱਲ ਯਾਦ ਰੱਖਣਾ ਬ੍ਰਹਮੋ ਸਮਾਜ ਦੇ ਸੰਸਥਾਪਕ ਇਹਦੇ ਖਿਲਾਫ ਰਾਧਾਕਾਂਤ ਦੇਵ ਭਾਰਤ ਧਰਮ ਮਹਾ ਮੰਡਲ ਨਾਮ ਦੀ ਇੱਕ ਐਂਟੀ ਆਰ ਬ੍ਰਹਮੋ ਸਮਾਜ ਮੂਵਮੈਂਟ ਦਾ ਜਨਮ ਦਿਨ ਦੇ ਹੈ ਆ ਵੀ ਗੱਲ ਯਾਦ ਰੱਖਣਾ ਹੈ ਜੀ ਠੀਕ ਹੈ ਚਲੋ ਜੀ अगला क्वेश्चन देखिए व्हिच अमंग द फॉलोइंग ऑर्गेनाइजेशन सपोर्टेड शुद्धि मूवमेंट शुद्धि मूवमेंट किने सपोर्ट ਕੀਤਾ ਸੀਗਾ ਜੇ ਆਪਾਂ ਗੱਲ ਕਰੀਏ ਯੂ نو ਐਮ ਇ ਯਾਦ ਰੱਖਣਾ ਹੈ ਕਿ ਵੇਦੋਂ ਕੀ ਔਰ ਚਲੋ ਵੇਦੋਂ ਕੀ ਔਰ ਚਲੋ ਵੇਦੋਂ ਕੀ ਔਰ ਚਲੋ ਮਤਲਬ ਕਿਸ ਨਾਲ ਜੁੜਦਾ ਹੈ ਜੀ ਬੇਸਿਕਲੀ Hindu धर्म ਨਾਲ ਜੁੜਦਾ ਹੈ ਤਾਂ ਹਿੰਦੂ ਧਰਮ ਦੀ ਜਿਹੜੀ ਮੁੱਖਤਾ ਗੱਲ ਕੋਣ ਕਰ ਰਹੀ ਸੀ ਇੱਥੇ ਆਰਐਸ ਸਮਾਜ ਦਾਨਨ ਸਰਸਵਤੀ ਜੀ ਨੇ ਦੋ ਕੌਂਟਰਵਰਸ਼ੀਅਲ ਮੂਵਮੈਂਟ ਸਟਾਰਟ ਕੀਤੀ ਸੀ ਜੇ ਆਪਾਂ ਗੱਲ ਕਰੀਏ ਇੱਕ ਸ਼ੁੱਧੀ ਮੂਵਮੈਂਟ ਦੂਜੀ ਸੀਗੀ ਕਾਓ ਪ੍ਰੋਡਕਸ਼ਨ ਮੂਵਮੈਂਟ ਜਿਹੜੀ ਸੀ ਇਹ ਸਟਾਰਟ ਕੀਤੀ ਸੀ ਗੱਲ ਯਾਦ ਰੱਖਣਯੋਗ ਹੈਗੀ ਗੱਲ ਯਾਦ ਰੱਖਣਾ ਇਨੀਸ਼ially establised at bombay later on shifted towards the north india where ਲਾਲਾ ਹੰਸਰਾਜ ਠੀਕ ਹੈ ਐਂਡ ਸੁਆਮੀ ਸ਼ਾਦਨੰਦ ਜੁਆਇੰਡ ਠੀਕ ਹੈ ਆਪਣੇ ਲਾਲਾ ਲਾਜਪਤਰਾਏ ਚਾਬੀ ਇਹਨਾਂ ਨੂੰ ਜੁਆਇਨ ਕਰਦੇ ਨੇ ਆਰਐਸ ਸਮਾਜ ਨੂੰ ਗੱਲ ਯਾਦ ਰੱਖਣਾ ਡੀਏਵੀ ਕਾਲਜ ਦੀ ਸਥਾਪਨਾ ਲਾਹੌਰ ਵਿੱਚ ਲਾਲਾ ਹੰਸਰਾਜ ਨੇ ਕੀਤੀ ਸੀ ਗੱਲ ਯਾਦ ਰੱਖਿਓ ਚਲੋ ਜੀ ਚਲੋ ਅਗਲਾ ਕੁਐਸਚਨ ਦੇਖੀਏ ਹੁਣ ਵਿਚ ਰਿਫਾਰਮਰਸ ਆਫ ਦਾ ਮਹਾਰਾਸ਼ਟਰ नोन ਐਸ ਲੋਕhitvaਦੀ ਮਹਾਰਾਸ਼ਟਰ ਦੇ ਕਿਸ ਸਮਾਜ ਸੁਧਾਰਕ ਨੂੰ ਲੋਕhitvaਦੀ ਕਹਿੰਨੇ ਹਾਂ ਜੀ ਗੋਪਾਲ ਕ੍ਰਿਸ਼ਨ ਨਹੀਂ ਗੋਪਾਲ ਹਰੀ ਦੇਸ਼ਮੁਖ ਕਹਨੇ ਹਾਂ ਜੇ ਆਪਾਂ ਗੱਲ ਕਰੀਏ ਇਹਨਾਂ ਨੇ ਕੀ ਕੀਤਾ ਸੀਗਾ ਬੇਸਿਕਲੀ ਪੁਨਰ ਵਿਵਹਾ ਮੰਡਲੀ ਬਣਾਈ ਸੀ ਪਲਸ ਲੋਕ ਖੇਤਵਾਦੀ ਨਾਮ ਦਾ ਨਿਊਜ਼ਪੇਪਰ ਸੀਗਾ ਇਹਨਾਂ ਦਾ ਇਹ ਸੀਗੀ ਗੱਲ ਯਾਦ ਰੱਖਿਓ ਜੀ ਨਿਊਜ਼ਪੇਪਰ ਸੀਗਾ ਇਹਨਾਂ ਦਾ ਆ ਗੱਲ ਯਾਦ ਰੱਖਿਓ ਜੀ ਠੀਕ ਹੈ ਚਲੋ ਜੀ ਅਗਲਾ ਕੁਐਸਚਨ ਦੇਖਦੇ ਹਾਂ ਅ ਇੱਕ ਕੁਐਸਚਨ ਪੂਰਾ ਨਹੀਂ ਹੈਗਾ ਅਗਲਾ ਕੁਐਸਚਨ ਦੇਖੋ ਜੀ ਫਾਊਂਡਰ ਆਫ ਇੰਡੀਅਨ ਐਸੋਸੀਏਸ਼ਨ ਦੀ ਆਪਾਂ ਗੱਲ ਕਰ ਰਹੇ ਹਾਂ ਠੀਕ ਹੈ ਇੰਡੀਅਨ ਐਸੋਸੀਏਸ਼ਨ ਦੀ ਜੇ ਗੱਲ ਕਰੀਏ ਤਾਂ ਸਨ 1800 इंडियन नेशनल एसोसिएशन ਦੇ 1883 ਦੇ ਵਿੱਚ ਤੇ ਇੱਕ 76 ਦੇ ਵਿੱਚ ਹੁੰਦੀ ਹੈ ਇਹਨਾਂ ਦੀ ਦੂਜੀ ਪਾਰਟੀ सुरेंद्रनाथ ਬਨਰਜੀ ਐਂਡ ਆਨੰਦ ਮੋਹਨ ਬੋਸ ਹੁੰਦੇ ਹੈ ਗੱਲ ਯਾਦ ਰੱਖਿਓ ਅਗਲਾ ਕੁਐਸਚਨ ਦੇਖਿਓ ਜੀ ਹੁਪਾ ਹੁਣ ਵਿਚ ਆਫ ਦਾ ਫੋਲੋਇੰਗ ਇੰਡੀਅਨ ਲੀਡਰਸ ਵਾਸ ਡਿਸਮਿਸਡ ਬਾਏ ਦਾ ਬ੍ਰਿਟਿਸ਼ ਫਰਮ ਦਾ ਇੰਡੀਅਨ ਸਿਵਲ ਸਰਵਿਸਿਜ਼ ਸਭ ਤੋਂ ਪਹਿਲਾਂ ਤਾਂ ਆਪਾਂ ਜਾਣਦੇ ਹਾਂ ਜੀ ਦਿਵਿੰਦranath ਟੈਗੋਰ ਦੇ ਵੱਡੇ ਬੇਟੇ ਸਾਹਿਬ ਜੇ ਆਪਾਂ ਗੱਲ ਕਰੀਏ ਸਤਿੰਦਰਨਾਥ ਟੈਗੋਰ ਫਰਸਟ ਜੁਆਇਨੀ ਸੀਗੇ ਜਦ ਕੀ सुरेंद्रਨਾਥ ਬਨਰਜੀ ਕੀ ਸੀਗੇ ਫਰਸਟ ਡਿਸਮਿਸਡ ਸੀਗੇ ਆ ਗੱਲ ਯਾਦ ਰੱਖਣੀ ਆਪਾਂ ਨੇ 1919 ਦੇ ਵਿੱਚ ਸੁਭਾਚੰਦਰ ਬੋਸ ਨੇ ਐਗਜ਼ਾਮ ਵੀ ਕਰੈਕਟ ਡਾਊਨ ਕੀਤਾ ਸੀ ਗੱਲ ਯਾਦ ਰੱਖਿਓ ਚਲੋ ਬਈ ਇੱਕ ਵਾਰ ਸਾਰੇ ਜਣੇ ਸੈਸ਼ਨ ਨੂੰ ਇੱਕ ਵਾਰੀ ਸ਼ੇਅਰ ਕਰ ਲਿਓ ਜੇ ਚਿੱਤ ਕਰਦਾ ਹੋਇਆ ਤਾਂ ਲਾਇਕ ਵੀ ਕਰ ਲਿਓ ਅਗਲਾ ਕੁਐਸਚਨ ਅਗਲਾ ਕੁਐਸਚਨ ਬੱਚੇ ਕੀ ਕਹਿੰਦਾ ਹੈ 1889 ਦੇ ਵਿੱਚ ਕਮੇਟੀ ਬਣੀ ਸੀ ਸੈਟਮੈਂਟ ਬ੍ਰਿਟੇਨ ਟੂ ਗੇਨ ਸਪੋਰਟ ਫ্রম ਕਾਂਗਰਸ ਠੀਕ ਹੈ 1889 ਦੇ ਵਿੱਚ ਕੀ ਬਣੀ ਸੀ ਇੱਕ ਕਮੇਟੀ ਬਣੀ ਸੀ ਜਿਸ ਵਿੱਚ ਕਾਂਗਰਸ ਤੋਂ ਸਪੋਰਟ ਲੈਣ ਦੀ ਗੱਲ ਕੀਤੀ ਗਈ ਸੀ ਉਸ ਟਾਈਮ ਪ੍ਰਧਾਨ ਕੌਣ ਸੀਗਾ विलियम वेडरबन मिस्टर डिग्गी दादाभाई नरोजी डब्ल्यूसी बनर्जी तो इस केस ਦੇ ਵਿੱਚ ਡਿਗਗੀ ਸਾਹਿਬ ਦਾ ਕਿਤੇ ਹਤਾ ਪਤਾ ਨਹੀਂ ਹੈਗਾ विलियम वेडरबन 1889 ਦੇ ਅਧਿਐਕਸ਼ ਹੁੰਦੇ ਹੈ ਇਸ ਤੋਂ ਪਹਿਲਾਂ ਜੋਰਜ ਜੁਲੇ ਬਣਦੇ ਹੈ ਹੀ ਵਾਸ ਦਾ ਸੈਕੰਡ ਬ੍ਰਿਟਿਸ਼ ਟੂ ਬੀ ਦਾ ਪ੍ਰੈਜ਼ੀਡੈਂਟ ਆਫ ਆਈਐਨਸੀ ਗੱਲ ਯਾਦ ਰੱਖਿਓ ਐਂਡ ਦਾਦਾભાઈ ਨਰੋਜੀ ਵਾਸ ਦਾ ਸੈਕੰਡ ਇੰਡੀਆ ਸੈਕੰਡ ਪਰਸਨ ਜਿਨ੍ਹਾਂ ਨੇ ਸੈਸ਼ਨ ਦੀ ਅਧਿਐਕਸ਼ਤਾ ਕੀਤੀ ਡਬਲਿਊਸੀ ਬਨਰਜੀ ਨੇ ਪਹਿਲੀ ਕੀਤੀ ਸੀ ਇਹ ਸਾਰੇ ਪੁਆਇੰਟ ਯਾਦ ਰੱਖਿਓ ਜੀ ਠੀਕ ਹੈ ਚਲੋ ਜੀ डब्ल्यू बिल्कुल ठीक अगला क्वेश्चन देखो जी हरिपुर सेशन 38 ਦਾ ਹੋਇਆ ਸੀਗਾ ਵਾਸ ਪ੍ਰੈਸਾਈਡਡ ਓਵਰ ਬਾਈ 38 39 ਦੀ ਆਪਾਂ ਗੱਲ ਕਰ ਰਹੇ ਹਾਂ ਸਿੱਧਾ ਸੁਭਾਸ਼ ਚંદ્ર ਬੋਸ ਦੇ ਨਾਲ ਇਹ ਕੁਐਸਚਨ ਜੁੜਦਾ ਹੈ ਗੱਲ ਯਾਦ ਰੱਖਣਾ 39 ਦੇ ਵਿੱਚ ਹੀ ਇਹ ਰਿਜ਼ਾਈਨ ਕਰ ਦਿੰਦੇ ਹੈ ਜਦੋਂ ਪਤਾ ਵੀ ਸੀਤਾਰਾਮাইয়া ਨੂੰ ਡੀਫੀਟ ਕੀਤਾ ਜਾਂਦਾ ਤਾਂ ਆਪਣੀ ਨਵੀਂ ਪਾਰਟੀ ਫੋਰ ਬਲੌਗ ਬਣਾ ਲੈਂਦੇ ਨੇ ਉਸ ਤੋਂ ਬਾਅਦ ਇਹ ਜਾਂਦੇ ਨੇ ਕਿੱਥੇ ਆਪਣੇ ਜਰਮਨੀ ਹਿਟਲਰ ਨੂੰ ਮਿਲਣ ਜਾਂਦੇ ਨੇ ਠੀਕ ਹੈ ਉਸ ਤੋਂ ਬਾਅਦ ਵਾਪਸ ਆ ਕੇ ਇਹ ਕਿ ਜਾਂਦੇ ਨੇ ਫਿਰ ਸਿੰਗਾਪੁਰ ਜਾਂ ਜਾਪਾਨ ਜਾਂਦੇ ਨੇ ਸਿੰਗਾਪੁਰ ਜਾਂਦੇ ਨੇ ਫਿਰ ਪ੍ਰੋਵੀਜ਼ਨਲ ਗਵਰਨਮੈਂਟ ਬਣਾਈ ਜਾਂਦੀ ਹੈ ਇੰਡੀਅਨ ਨੈਸ਼ਨਲ ਕਾਂਗਰਸ ਆਈਐਨਏ ਬਣਾਈ ਜਾਂਦੀ ਹੈ ਠੀਕ ਹੈ ਜੀ ਪਟਾਣੀਆ ਸਾਹਿਬ ਬਸ ਟਾਈਮ ਹੋ ਰਿਹਾ ਕੁਐਸਚਨ ਜ਼ਿਆਦਾ ਹੈ ਇਸ ਕਰਕੇ ਥੋੜਾ ਜਿਹਾ ਕੁਐਸਚਨਸ ਖਤਮ ਕਰ ਲਈਏ ਟਾਈਮ ਨਾਲ ਹੀ ਮੁਜ਼ਫਰਪੁਰ ਬੰਬ ਕੇਸਿੰਗ ਕਿਸ ਦੇ ਨਾਲ ਸੰਬੰਧਿਤ ਹੈ ਦੋ ਬੰਦੇ ਹੁੰਦੇ ਆ ਜੀ ਖੁਦੀਰਾਮ ਬੋਸ ਐਂਡ ਪ੍ਰਫੂਲ ਚੱਕੀ ਡਗਲਸ ਕਿੰਗਫੋਰਡ ਦੀ ਹੱਤਿਆ ਕਰਨ ਦੀ ਕੋਸ਼ਿਸ਼ ਹੁੰਦੀ ਆ ਉਹ ਤਾਂ ਮਾਰੇ ਨਹੀਂ ਗਿਆ ਲੇਕਿਨ ਦੋ ਫੀਮਲਸ ਦੀ ਹੱਤਿਆ ਹੋ ਜਾਂਦੀ ਹੈ ਗੱਲ ਯਾਦ ਰੱਖਿਓ ਠੀਕ ਹੈ ਚਲੋ ਠੀਕ 1939 ਬਾਦਸ਼ਾਹ ਫੋਰਵਰਡ ਬਲੌਕ 1939 yes yes arshdeep bilkul sahi gal hai chalo ji khatam kahani time nal aap khatam bhi hoge vele hoge punjabi ch kahi eta ta jehda code hai eh yaad rakhna 2213 de naal tusi ki kar sakde ho bahut kuch kar sakde ho bahut kuch karan da matlab ki hai ki is de naal tusi kisi bhi batch vich enroll karan layi यू यूज़ कर सकते हो फॉर डिस्काउंट परपज़ यूज़ कर सकते हो आ गल याद रखियो ठीक है डिस्काउंट परपज़ वास्ते इसकी वरतों की जा सकती है यू विल गैट सैवंटी एट परसेंट डिस्काउंट वैन यू विल एनरोल फॉर अ बैच एट एप ठीक है उत्था यूज कॉइन है ना ये यूज़ करना ना ना भुल्यो ठीक है ਚਲੋ ਜੀ ਤੇ ਅੱਜ ਦਾ ਸੈਸ਼ਨ ਆਪਾਂ ਇੱਥੇ ਖਤਮ ਕਰਦੇ ਹਾਂ ਜੀ ਮਿਲਾਂਗੇ ਇੱਕ ਹੋਰ ਨਵੇਂ ਸੈਸ਼ਨ 'ਚ ਟਿਲ ਥੈਨ ਬਾਏ ਬਾਏ ਸਤਿ ਸ਼੍ਰੀ ਅਕਾਲ ਜੈ ਹਿੰਦ ਐਂਡ ਸਤਿ ਸ਼੍ਰੀ ਅਕਾਲ ਗੁੱਡ ਨਾਈਟ ਬਾਏ ਬਾਏ